ਤੇ ਧੰਨਵਾਦੀ ਆ ਜਸਵਿੰਦਰ ਸਿੰਘ ਮਿਸੀਸੀਪੀ, ਜਸਵੰਤ ਸਿੰਘ ਸੋਤਾ ਸਾਹਿਬ ਕੈਨੇਡਾ ਵਾਲਿਆਂ ਦੇ, ਤੇ ਪਿੰਡ ਸਿੰਧਵਾਂ ਦੋਨਾਂ ਵਾਲਿਆਂ ਦੇ ਤਾਂ ਅਸੀਂ ਧੰਨਵਾਦੀ ਹੈਗੇ। ਉਹ ਤਾਂ ਮੈਂ ਦਰਸ਼ਕ ਜੀ ਜਿਹਦੇ ਕਿਤੇ ਗਿਆ ਨਾ ਤੁਹਾਨੂੰ ਵੀ ਨਾਲ ਸਿੰਧਵਾਂ ਦੋਨਾਂ ਪਿੰਡ ਦਿਖਾ ਕੇ ਜ਼ਰੂਰ ਲਿਆਉਣਾ। ਤੇ ਬਹੁਤ ਧੰਨਵਾਦ ਸਾਰੇ ਸੱਜਣਾਂ ਦਾ ਤੇ ਨਾਲ ਦਰਸ਼ਨ ਸਿੰਘ ਦਰਸ਼ਕ ਹੋਰਾਂ ਦਾ ਜਿਹੜੇ ਇਸ ਵਕਤ ਆਪਣੇ ਨਾਲ ਜੁੜੇ ਆ ਪਟਿਆਲੇ ਤੋਂ। ਦਰਸ਼ਕ ਜੀ ਸਵਾਗਤ, ਸਤਿ ਸ੍ਰੀ ਅਕਾਲ ਜੀ। ਮਿਹਰਬਾਨੀ ਜੀ, ਸ਼ੁਕਰੀਆ, ਸਤਿ ਸ੍ਰੀ ਅਕਾਲ ਸਭ ਨੂੰ। ਮੈਂ ਕਿਹਾ ਪਟਿਆਲੇ ਵਾਲੇ ਬੋਲਦੇ ਘੱਟ ਹੀ ਹੁੰਦੇ, ਕੀ ਕੈਪਟਨ ਨੂੰ ਸੁਣੀ ਨਾ ਹੋਵੇ ਗੱਲ ਮੇਰੀ। ਤੇ ਠੀਕ ਹੈ ਜੀ, ਪਹਿਲੀ ਗੱਲ ਤੁਹਾਡੀ ਸੁਣੀ ਨੀ ਗਈ, ਦੂਜੀ ਗੱਲ ਤੁਹਾਡੀ ਸੁਣ ਲਈ ਗਈ ਹੈ। ਕਹਿੰਦੇ ਸਦੀਕ ਨੂੰ ਕਿਸੇ ਨੇ ਪੁੱਛਿਆ ਕਿ ਉਹ ਕਹਿੰਦਾ ਸਟੇਟ ਸੈਕਟਰੀ ਕੌਣ ਹੁੰਦਾ, ਉਹ ਕਹਿੰਦਾ ਜੀ ਅੱਧੀਆਂ ਗੱਲਾਂ ਸਮਝ ਆਉਣ ਉਹਦੀਆਂ ਨਾ ਹੁਣ। ਸੋ ਇਸ ਕਰਕੇ ਹੁਣ ਅੱਜ ਸਟੇਟ ਸੈਕਟਰੀ ਮੈਂ ਆ ਜੀ, ਅੱਧੀਆਂ ਤੁਸੀਂ ਸਮਝ ਲੈਂਦੇ ਹੋ, ਅੱਧੀਆਂ ਤੁਹਾਡੀਆਂ ਗੱਲਾਂ। ਐਸਾ ਹੁੰਦਾ ਨਾ, ਇੱਕ ਪੰਜਾਬੀ ਦੇ ਵਿੱਚ ਕਹਾਵਤ ਚੱਲਦੀ ਹੈ ਵੀ ਗੂੰਗੇ ਦੀ ਸਹਿਣ ਤਾਂ ਜਿਹੜੀ ਉਹਦੀ ਮਾਂ ਹੀ ਸਮਝ ਸਕਦੀ ਹੈ, ਤੇ ਉਹ ਭਾਵੇਂ ਤੁਸੀਂ ਗੂੰਗੇ ਤਾਂ ਨਹੀਂ ਹੈਗੇ, ਪਰ ਇਹ ਹੈ ਕਿ ਜੇ ਕੁਛ ਤੁਸੀਂ ਕਹਿਣਾ ਚਾਹੁੰਦੇ ਹੁੰਦੇ ਹੋ ਸਾਨੂੰ ਸਮਝ ਆ ਜਾਂਦੀ ਹੈ। ਵੀ ਕਈ ਵਾਰ ਟੈਕਨੀਕਲ ਫਾਲਟ ਵੀ ਆ ਜਾਂਦਾ ਤੇ ਜਦੋਂ ਛੋਟੀ ਜਿਹੀ ਆਵਾਜ਼ ਹੀ ਪਤਾ ਲੱਗ ਜਾਏ ਤਾਂ ਉਸ ਗੱਲ ਤੋਂ ਪਤਾ ਲੱਗ ਜਾਂਦਾ ਵੀ ਕੀ ਕਹਿਣਾ ਚਾਹ ਰਿਹਾ। ਨਾਲੇ ਪਰ ਇਹ ਵੀ ਗੱਲ ਹੈ ਕਿ ਬੋਲਣ ਨਾਲ ਚੁੱਪ ਚੰਗੇਰੀ ਚੁੱਪ ਚ ਹੈ ਸੋ ਪਰਦਾ, ਤੇ ਜੇ ਮਨਸੂਰ ਨਾ ਬੋਲਦਾ ਤਾਂ ਸੂਲੀ ਕਾਹਨੂੰ ਚੜਦਾ। ਖੈਰ ਸੂਲੀ ਤਾਂ ਚੜਨਾ ਹੀ ਪੈਂਦਾ। ਖੈਰ ਦੇਖਿਓ ਜੀ ਅਗਲੀ ਗੱਲ, ਕੇਂਦਰ ਨੇ ਹੁਣ ਸੱਦਾ ਭੇਜਤਾ ਕਿਸਾਨਾਂ ਨੂੰ, ਭੇਜਿਆ 3 ਤਰੀਕ ਦੇ ਵਾਸਤੇ, ਤੇ ਚਾਹੀਦਾ ਤਾਂ ਇਹ ਸੀ ਕਿ ਜੇ ਮਸਲਾ ਹੀ ਹੱਲ ਕਰਨਾ ਤਾਂ ਆਹ ਜਿਹੜੇ ਹੁਣ ਅਸੀਂ ਟਰੈਕਟਰ ਖਿੱਚੀ ਫਿਰਦੇ ਹਾਂ ਤੂੰ ਪਹਿਲਾਂ ਸੱਦ ਲੈਂਦੇ ਜੀ, ਕੀ ਹੈ ਕੋਈ ਹੱਲ ਹੋ ਜਾਂਦਾ? ਸਿੱਧੂ ਸਾਹਿਬ, ਜੋ ਕੁਛ ਵੀ ਇਸ ਸਮੇਂ ਕੇਂਦਰ ਸਰਕਾਰ ਨੇ ਕੀਤਾ ਹੈ, ਨਰਿੰਦਰ ਤੋਮਰ ਸਾਹਿਬ ਨੇ ਜਿਹੜਾ ਕਿ 32 ਜਥੇਬੰਦੀਆਂ ਨੂੰ ਇਹ ਸੱਦਾ ਪੱਤਰ ਭੇਜਿਆ ਗਿਆ, ਪਰ ਜੋ ਵੀ ਸੱਦਾ ਪੱਤਰ ਭੇਜਿਆ ਗਿਆ ਗੱਲਬਾਤ ਦੇ ਲਈ, ਉਸ ਦੇ ਸਬੰਧ ਵਿਚ ਕਈ ਤਰ੍ਹਾਂ ਦੇ ਪ੍ਰਸ਼ਨ ਚਿੰਨ੍ਹ ਲੱਗ ਰਹੇ ਨੇ। ਉਹ ਜਿਵੇਂ ਤੁਸੀਂ ਕਿਹਾ ਕਿ ਜੇਕਰ ਸੱਦਣਾ ਹੀ ਸੀਗਾ ਤਾਂ 26-27 ਦਾ ਜਿਹੜਾ ਦਿੱਲੀ ਚਲੋ ਪ੍ਰੋਗਰਾਮ ਹੈ ਉਸ ਤੋਂ ਪਹਿਲਾਂ ਸਰਕਾਰ ਨੂੰ ਸੱਦ ਲੈਣਾ ਚਾਹੀਦਾ ਸੀਗਾ, ਪਰ ਦੇਖਣ ਚ ਇਹ ਹੈ ਕਿ ਜਿਹੜਾ ਹੈਗਾ ਜਦੋਂ ਹੁਣ ਕਿਸਾਨ ਦਿੱਲੀ ਵੱਲ ਕੂਚ ਕਰਨਗੇ ਤਾਂ ਇਹਦੇ ਨਾਲ ਇਹਦਾ ਵੀ ਪਤਾ ਨੀ ਕਿੰਨੀ ਗਿਣਤੀ ਵਿਚ ਕਿਸਾਨ ਉਥੇ ਪਹੁੰਚਣ, ਤੇ ਪਹੁੰਚਦੇ ਪਹੁੰਚਦੇ ਇਹ ਸਕਦਾ ਵੀ ਬਹੁਤ ਸਾਰੀ ਉਥੇ ਭੀੜ ਵੀ ਇਕੱਠੀ ਹੋ ਸਕਦੀ ਹੈ, ਤੇ ਜੇਕਰ ਉਥੇ ਐਜੀਟੇਸ਼ਨ ਹੁੰਦੀ ਹੈ ਤਾਂ ਇਹਦੇ ਮਤਲਬ ਇਹ ਹੁੰਦਾ ਹੈ ਕਿ ਇਕੱਲਾ ਸਿਰਫ ਇੰਡੀਅਨ ਮੀਡੀਆ ਦੇ ਵਿਚ ਇਹ ਗੱਲ ਨਹੀਂ ਜਾਂਦੀ ਹੈਗੀ ਤੇ ਪੂਰੀ ਦੁਨੀਆਂ ਦੇ ਵਿਚ ਵੀ ਇਹ ਗੱਲ ਜਾਂਦੀ ਹੈ, ਤੇ ਉਹਦੇ ਨਾਲ ਜਿਹੜੀ ਕੇਂਦਰ ਸਰਕਾਰ ਆ ਉਹਦੀ ਬਦਨਾਮੀ ਵੀ ਹੁੰਦੀ ਹੈ ਕਿ ਕਿਸਾਨਾਂ ਦੇ ਨਾਲ ਇਹ ਸਰਕਾਰ ਕਿਹੋ ਜਿਹਾ ਵਿਵਹਾਰ ਕਰ ਰਹੀ ਹੈ, ਤੇ ਇਸ ਗੱਲ ਕਰਕੇ ਹੋ ਸਕਦਾ ਕਿ ਅੱਜ ਸਿੱਧੂ ਸਾਹਿਬ ਸਾਡੀ ਇਸ ਮਾਮਲੇ ਦੇ ਉੱਤੇ ਡਿਸਕਸ਼ਨ ਵੀ ਹੋਈ ਕਿ ਜਿਹੜਾ ਇਹ ਟਕਰਾਓ ਵੱਧ ਰਿਹਾ ਜਾਂ ਮਤਲਬ ਭਾਰਤੀ ਜਨਤਾ ਪਾਰਟੀ ਸਰਕਾਰ ਦੀਆਂ ਜਿੰਨੀਆਂ ਵੀ ਸਰਕਾਰਾਂ ਨੇ ਉਨ੍ਹਾਂ ਵੱਲੋਂ ਇਸ ਸਾਰੇ ਜਿਹੜਾ ਆਪਣਾ ਅੰਦੋਲਨ ਚੱਲ ਰਿਹਾ ਉਸ ਨੂੰ ਸਾਬੋਤਾਜ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ। ਤੇ ਦੂਜੀ ਗੱਲ ਇਹ ਵੀ ਉਹਦੇ ਗੱਲਬਾਤ ਚ ਸਾਹਮਣੇ ਆਈ ਕਿ ਇਹ ਜਿਹੜੀ ਸਰਕਾਰ ਹੈ ਇਸ ਜਿਹੜਾ ਅੰਦੋਲਨ ਆ ਉਸ ਨੂੰ ਲਟਕਾਉਣਾ ਚਾਹੁੰਦੀ ਹੈ, ਤੇ ਦੂਜੇ ਪਾਸੇ ਮਤਲਬ ਉਸ ਕਹਿਣ ਤੋਂ ਭਾਵ ਇਹ ਹੈ ਕਿ ਜਦੋਂ ਲੰਮਾ ਚੱਲੇ ਜਾਊਗਾ ਅੰਦੋਲਨ ਤਾਂ ਉਹਦੇ ਨਾਲ ਕੀ ਹੋਊਗਾ, ਕਿਸਾਨ ਆਪਣੇ ਆਪ ਅੱਕ ਜਾਣਗੇ ਤੇ ਥੱਕ ਜਾਣਗੇ, ਜਦੋਂ ਅਜਿਹਾ ਹੋ ਜਾਊਗਾ ਤਾਂ ਆਪਣੇ ਆਪ ਹੀ ਉਨ੍ਹਾਂ ਨੂੰ ਕਾਨੂੰਨਾਂ ਨੂੰ ਮੰਨਣਾ ਪੈ ਸਕਦਾ ਹੈ। ਪਰ ਦੂਜੇ ਪਾਸੇ ਇਹ ਵੀ ਹੈ ਕਿ ਕਿਸਾਨ ਪੂਰੀ ਤਰੀਕੇ ਦੇ ਨਾਲ ਤਿਆਰ ਬੈਠੇ ਆ, ਪੰਜਾਬ ਦੇ ਵਿਚ ਉਨ੍ਹਾਂ ਦੀਆਂ ਤਿਆਰੀਆਂ ਫੁੱਲ ਚੱਲ ਰਹੀਆਂ ਨੇ, ਉਨ੍ਹਾਂ ਨੇ ਇਹ ਗੱਲ ਕਹੀ ਆ ਕਿ ਅਸੀਂ 26-27 ਤਰੀਕ ਨੂੰ ਹਰ ਹਾਲਤ ਵਿਚ ਦਿੱਲੀ ਜਾਵਾਂਗੇ,
ਤੇ ਨਾਲ ਨਾਲ ਇਹ ਵੀ ਦੇਖਣ ਚ ਆਇਆ ਕਿ ਹਰਿਆਣਾ ਸਰਕਾਰ ਵੱਲੋਂ ਇਸ ਤਰੀਕੇ ਦੀਆਂ ਜਿਹੜੀਆਂ ਕੰਸੋਲਾਂ ਲੱਗ ਰਹੀਆਂ ਨੇ ਕਿ ਉਹ ਜਿਹੜੇ ਪੰਜਾਬ ਵੱਲੋਂ ਕਿਸਾਨ ਹਰਿਆਣੇ ਨੂੰ ਹੋ ਕੇ ਦਿੱਲੀ ਜਾਣਗੇ ਉਹਨਾਂ ਨੂੰ ਰੋਕਿਆ ਜਾਊਗਾ। ਤੇ ਅੱਜ ਉਹਨਾਂ ਦੇ ਉੱਚ ਅਧਿਕਾਰੀ ਜਿਹੜੇ ਹੈਗੇ ਸ਼ੰਭੂ ਬਾਰਡਰ ਵਾਲੇ ਪਾਸੇ ਵੀ ਆ ਕੇ ਗਏ ਨੇ। ਇਸ ਤੋਂ ਇਲਾਵਾ ਯੋਗਿੰਦਰ ਯਾਦਵ ਜਿਹੜੇ ਕਿਸਾਨ ਲੀਡਰ ਨੇ ਉਹਨਾਂ ਨੇ ਇਹ ਗੱਲ ਵੀ ਕਹੀ ਹੈ ਕਿ ਬਹੁਤ ਸਾਰੇ ਹਰਿਆਣਾ ਦੇ ਜਿਹੜੇ ਲੀਡਰ ਨੇ ਕਿਸਾਨ ਲੀਡਰ ਨੇ ਉਹਨਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ। ਤੇ ਇਸ ਨੂੰ ਖ਼ਬਰਾਂ ਤਾਂ ਕੱਲੇ ਹਰਿਆਣੇ ਦੇ ਨੀ, ਸੋਰੀ ਮੈਂ ਇੰਟਰਪਟ ਕਰ ਗਿਆ ਤੁਹਾਨੂੰ। ਜੀ ਜੀ, ਖ਼ਬਰ ਅੱਜ ਮੈਂ ਵੀ ਦੇਖ ਰਿਹਾ ਸੀ ਕਿ ਕਿਉਂਕਿ ਅੱਜ ਕੱਲ ਮੀਡੀਆ ਨੇ ਆਪਦਾ ਵਿਸ਼ਵਾਸ ਗਵਾ ਹੀ ਲਿਆ, ਜਿਹੜਾ ਮਾੜਾ ਮੋਟਾ ਰਹਿੰਦਾ ਉਹ ਗਵਾ ਹੀ ਲੈਣਾ ਵਿਊ ਲੈਣ ਦੇ ਚੱਕਰ ਚ, ਕਿ ਅੱਧੀ ਰਾਤੀ ਕਿਸਾਨਾਂ ਦੇ ਘਰੇ ਪੁਲਿਸ ਨੇ ਮਾਰੇ ਛਾਪੇ। ਜਦੋਂ ਤੁਸੀਂ ਖ਼ਬਰ ਪੜ੍ਹਦੇ ਹੋ ਵੀ 57 ਪੰਜਾਬ ਦੇ, 24 ਹਰਿਆਣੇ ਦੇ, 37 ਰਾਜਸਥਾਨ ਦੇ ਕਿਸਾਨ ਗ੍ਰਿਫ਼ਤਾਰ ਕਰ ਲਏ, ਕੋਈ ਪੁਸ਼ਟੀ ਨਹੀਂ ਕਿਸੇ ਖ਼ਬਰ ਦੀ ਕਿ ਕਿੱਥੋਂ ਕੀਤਾ, ਕਿਹੜਾ ਕੀਤਾ। ਸੋ ਇਹ ਵੀ ਚੱਲ ਰਿਹਾ, ਭਾਰਤੀ ਕਿਸਾਨ ਯੂਨੀਅਨ ਜੀਂਦ ਲਿਖਿਆ ਵਾ ਉਸ ਖ਼ਬਰ ਦੇ ਵਿਚ। ਦੇਖੋ ਗੱਲ ਇਹ ਹੈ ਕਿ ਮੈਂ ਜੋ ਜਿਸ ਗੱਲ ਦੀ ਪੁਸ਼ਟੀ ਕਰ ਰਿਹਾ ਉਹ ਅੰਤਰਰਾਸ਼ਟਰੀ ਪੱਧਰ ਦਾ ਜਿਹੜਾ ਇੱਕ ਵੈਬਸਾਈਟ ਹੈ ਜਿਹੜੀ ਕਿ ਬਹੁਤ ਲੰਬੇ ਸਮੇਂ ਤੋਂ ਇਹ ਚੱਲਦੀ ਆ ਰਹੀ ਹੈ, ਜਿਹਦੇ ਜਦੋਂ ਵੀ ਭਾਰਤ ਦੇ ਵਿਚ ਕੋਈ ਵੀ ਘਟਨਾਕ੍ਰਮ ਵਾਪਰਿਆ ਤਾਂ ਜਦੋਂ ਭਾਰਤੀ ਮੀਡੀਆ ਦੇ ਵਿਚ ਖਾਸ ਤੌਰ ਤੇ ਕਿਸੇ ਸਮੇਂ ਸਰਕਾਰੀ ਮੀਡੀਆ ਹੀ ਹੁੰਦਾ ਸੀ ਖਾਸ ਤਾਂ ਉਹਦੇ ਵੱਲੋਂ ਖ਼ਬਰ ਨਹੀਂ ਦਿੱਤੀ ਜਾਂਦੀ ਸੀ ਤਾਂ ਉਹ ਬੀਬੀਸੀ ਰੇਡੀਓ ਲਾਇਆ ਜਾਂਦਾ ਸੀਗਾ। ਤੇ ਅੱਜ ਕੱਲ ਬੀਬੀਸੀ ਦੀ ਵੈਬਸਾਈਟਾਂ ਵੀ ਚੱਲ ਰਹੀਆਂ ਨੇ ਤੇ ਉਹਦੇ ਵਿਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਗ੍ਰਿਫ਼ਤਾਰੀਆਂ ਹੋਈਆਂ ਨੇ। ਗ੍ਰਿਫ਼ਤਾਰੀਆਂ ਦੇ ਨਾਲ ਨਾਲ ਉਨ੍ਹਾਂ ਨੇ ਹਰਿਆਣਾ ਸਰਕਾਰ ਨੇ ਇਹ ਗੱਲ ਕਹੀ ਹੈ ਕਿ ਅਸੀਂ ਕਾਨੂੰਨ ਅਤੇ ਵਿਵਸਥਾ ਦੇ ਮੱਦੇਨਜ਼ਰ ਅਜਿਹਾ ਕੀਤਾ ਹੈ। ਤੇ ਦੇਖਣ ਵਾਲੀ ਗੱਲ ਇਹ ਵੀ ਹੈ ਕਿ ਜਦੋਂ ਕਾਨੂੰਨ ਤੇ ਵਿਵਸਥਾ ਪੰਜਾਬ ਦੇ ਵਿਚ ਖਰਾਬ ਨਹੀਂ ਹੋਈ, ਦੂਜੀ ਗੱਲ ਕਿਸਾਨ ਤਾਂ ਸਿਰਫ ਇਸ ਜਿਹੜਾ ਹਰਿਆਣਾ ਦੇ ਵਿਚੋਂ ਲੰਘ ਕੇ ਜਾਣਗੇ, ਉਨ੍ਹਾਂ ਨੇ ਉਥੇ ਐਜੀਟੇਸ਼ਨ ਨਹੀਂ ਕਰਨੀ ਤੇ ਐਜੀਟੇਸ਼ਨ ਜਾ ਕੇ ਉਨ੍ਹਾਂ ਨੇ ਦਿੱਲੀ ਕਰਨੀ ਹੈ। ਇਸ ਦੀ ਚਿੰਤਾ ਦਿੱਲੀ ਸਰਕਾਰ ਨੂੰ ਹੋਣੀ ਚਾਹੀਦੀ ਹੈ ਜਾਂ ਕੇਂਦਰ ਸਰਕਾਰ ਨੂੰ ਹੋਣੀ ਚਾਹੀਦੀ ਹੈ, ਤੇ ਹਰਿਆਣਾ ਸਰਕਾਰ ਵੱਲੋਂ ਤਾਂ ਰਸਤੇ ਦੇ ਵਿਚ ਇਕ ਤਰੀਕੇ ਨਾਲ ਅੜਿੱਕੇ ਹੀ ਅੜਾਏ ਜਾ ਰਹੇ ਨੇ। ਇਸਦਾ ਕਾਰਨ ਇਹ ਵੀ ਹੈ ਕਿ ਹਰਿਆਣੇ ਦੇ ਵਿਚ ਖੱਟੜ ਸਰਕਾਰ ਜੋ ਹੈ ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਹੈ ਤੇ ਭਾਰਤੀ ਜਨਤਾ ਪਾਰਟੀ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਸਹੀ ਮੰਨਦੀ ਹੈ। ਤੇ ਪਰ ਫਿਰ ਵੀ ਇਹ ਹੈ ਕਿ ਕਿਸਾਨ ਲੀਡਰ ਇਹੀ ਕਹਿ ਰਹੇ ਨੇ ਕਿ ਅਸੀਂ ਹਰ ਹਾਲਤ ਵਿਚ ਉਥੇ ਜਾਵਾਂਗੇ। ਦੂਜੀ ਤੀਜੀ ਗੱਲ ਇਹ ਹੈ ਕਿ ਜਿਹੜਾ ਹੈਗਾ ਉਨ੍ਹਾਂ ਨੇ ਇਹ ਗੱਲ ਵੀ ਕਹੀ ਹੈ ਕਿ ਖੱਟੜ ਜਿਹੜੇ ਹੈਗੇ ਆ ਕਾਰਪੋਰੇਟ ਦੇ ਦਲਾਲ ਬਣ ਚੁੱਕੇ ਨੇ, ਪਰ ਇਹ ਅਸੀਂ ਉਨ੍ਹਾਂ ਦੀ ਬਿਲਕੁਲ ਪਰਵਾਹ ਨਹੀਂ ਕਰਦੇ ਹੈਗੇ। ਖੈਰ ਇਹ ਹੈ ਕਿ ਜੋ ਉਨ੍ਹਾਂ ਨੇ ਗੱਲਬਾਤ ਦਾ ਸੱਦਾ ਦਿੱਤਾ ਹੈ ਕੇਂਦਰ ਸਰਕਾਰ ਨੇ, ਤੇ ਉਹ ਇਸ ਗੱਲ ਦੇ ਉੱਤੇ ਕਾਫ਼ੀ ਜਿਹੜਾ ਨਿਰਭਰ ਕਰਦਾ ਹੈ ਕਿ 26 ਤੇ 27 ਦੀ ਜਿਹੜੀ ਕਿਸਾਨਾਂ ਵੱਲੋਂ ਐਜੀਟੇਸ਼ਨ ਕੀਤੀ ਜਾ ਰਹੀ ਜਾਂ ਦਿੱਲੀ ਕੂਚ ਕੀਤਾ ਜਾ ਰਿਹਾ ਉਹ ਕਿੰਨਾ ਕੁ ਕਾਮਯਾਬ ਰਹਿੰਦਾ। ਜੇਕਰ ਉਹ ਕਾਫ਼ੀ ਕਾਮਯਾਬ ਰਹਿੰਦਾ ਤਾਂ ਜਿਹੜੀ ਆਉਣ ਵਾਲੀ ਗੱਲਬਾਤ ਹੈ ਜਿਹੜੀ 3 ਤਰੀਕ ਨੂੰ ਹੋਣੀ ਹੈ ਉਹ ਕਾਫ਼ੀ ਹੱਦ ਤੱਕ ਕਾਮਯਾਬੀ ਹੋ ਜੂਗੀ। ਜੇਕਰ ਇਹ ਜਿਹੜਾ ਆਪਣਾ ਦਿੱਲੀ ਕੂਚ ਦਾ ਪ੍ਰੋਗਰਾਮ ਹੈ ਇਹ ਅਸਫਲ ਰਹਿ ਜਾਂਦਾ ਹੈ ਤਾਂ ਇਹਦੇ ਨਾਲ ਜਿਹੜਾ ਹੈ ਕਿਸਾਨਾਂ ਦਾ ਜਿਹੜਾ ਦਬਾਅ ਹੈ ਉਹ ਘੱਟ ਵੀ ਸਕਦਾ ਹੈ। ਪਰ ਲੱਗਦਾ ਇਹ ਹੈ ਕਿ ਚਾਹੇ ਹਰਿਆਣਾ ਸਰਕਾਰ ਹੈ, ਯੂਪੀ ਸਰਕਾਰ ਹੈ ਜਾਂ ਕੋਈ ਹੋਰ ਵੀ ਸਰਕਾਰਾਂ ਨੇ ਉਨ੍ਹਾਂ ਵੱਲੋਂ ਇਹੀ ਯਤਨ ਕੀਤਾ ਜਾਊਗਾ ਕਿ ਇਸ ਜਿਹੜਾ ਦਿੱਲੀ ਕੂਚ ਦਾ ਪ੍ਰੋਗਰਾਮ ਹੈ ਇਸ ਨੂੰ ਕਮਜ਼ੋਰ ਕੀਤਾ ਜਾਵੇ ਤੇ ਕਿਸਾਨਾਂ ਨੂੰ ਦਿੱਲੀ ਤੱਕ ਨਾ ਪਹੁੰਚਣ ਦਿੱਤਾ ਜਾਵੇ। ਤੇ ਦੂਜੇ ਪਾਸੇ ਅੱਜ ਇਸ ਗੱਲ ਦੇ ਵੀ ਜਿਹੜੇ ਚਰਚਾ ਚੱਲੀ ਕਿ
ਜਿਹੜੀ ਯੂਪੀ ਸਰਕਾਰ ਹੈ, ਸੋਰੀ ਜਿਹੜੀ ਦਿੱਲੀ ਸਰਕਾਰ ਹੈ, ਕੇਜਰੀਵਾਲ ਸਰਕਾਰ ਹੈ, ਉਸ ਵੱਲੋਂ ਜਾਣ ਬੁੱਝ ਕੇ ਹਊਆ ਖੜਾ ਕੀਤਾ ਜਾ ਰਿਹਾ ਕੋਰੋਨਾ ਦਾ, ਤਾਂ ਜੋ ਕਿਸਾਨ ਜਿਹੜੇ ਹੈਗੇ ਦਿੱਲੀ ਨਾ ਪਹੁੰਚਣ। ਤੇ ਦੂਜੇ ਪਾਸੇ ਇਸ ਤਰ੍ਹਾਂ ਦੇ ਵੀ ਇਲਜ਼ਾਮ ਲੱਗੇ ਆ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਕੁਛ ਲੋਕ ਜਿਹੜੇ ਹੈ ਕਿਸਾਨਾਂ ਦੇ ਨਾਲ ਜੁੜੇ ਲੀਡਰ ਨੇ ਉਨ੍ਹਾਂ ਨੂੰ ਪੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਹੀ ਫੇਸਬੁੱਕ ਦੇ ਉੱਤੇ ਇਕ ਲੀਡਰ ਨੇ ਇਹ ਗੱਲ ਕਹੀ ਹੈ ਕਿ ਯੂਪੀ ਦੇ ਵਿਚ ਬਹੁਤ ਜ਼ਿਆਦਾ ਕੋਰੋਨਾ ਫੈਲ ਗਿਆ, ਨਾ ਦਿੱਲੀ ਦੇ ਵਿਚ ਬਹੁਤ ਜ਼ਿਆਦਾ ਕੋਰੋਨਾ ਫੈਲ ਰਿਹਾ, ਇਸ ਕਰਕੇ ਕਿਸਾਨਾਂ ਨੂੰ ਆਪਣੇ ਘਰ ਹੀ ਬੈਠਣਾ ਚਾਹੀਦਾ। ਖੈਰ, ਪਰ ਇਹ ਹੈ ਕਿ ਇਸ ਸਮੇਂ ਜਿਹੜਾ ਹੈਗਾ ਹਾਲਾਤ ਕਾਫ਼ੀ ਟਕਰਾਓ ਵਾਲੇ ਬਣੇ ਹੋਏ, ਤੇ ਇਹ ਟਕਰਾਓ ਸਿਰਫ ਦਿੱਲੀ ਤੱਕ ਨਹੀਂ ਹੈਗਾ, ਦੂਜੇ ਪਾਸੇ ਪੰਜਾਬ ਦੇ ਵਿਚ ਵੀ ਕੁਛ ਅਜਿਹੀ ਲੱਗ ਰਿਹਾ। ਉਹਦਾ ਕਾਰਨ ਇਹ ਹੈ ਕਿ ਜੰਡਿਆਲਾ ਗੁਰੂ ਦੇ ਵਿਚ ਇਕ ਕਿਸਾਨ ਯੂਨੀਅਨ ਦੁਆਰਾ ਹਾਲੇ ਵੀ ਧਰਨਾ ਲਾਇਆ ਜਾ ਰਿਹਾ, ਤੇ ਉਸ ਵੱਲੋਂ ਇਹ ਕਿਹਾ ਜਾ ਰਿਹਾ ਕਿ ਜਿਹੜੀਆਂ ਰੇਲ ਗੱਡੀਆਂ ਨੇ ਪੈਸੰਜਰ ਗੱਡੀਆਂ ਨੂੰ ਉਹ ਨਹੀਂ ਲੰਘਣ ਦੇਣਗੇ, ਜਦਕਿ ਸਾਰੀ 32 ਜਥੇਬੰਦੀਆਂ ਇਹ ਕਹਿ ਰਹੀਆਂ ਨੇ ਕਿ ਸਾਨੂੰ ਜਿਹੜੇ ਹੈਗੇ ਪੈਸੰਜਰ ਗੱਡੀਆਂ ਨੂੰ ਜਾਣ ਦੇਣਾ ਚਾਹੀਦਾ। ਤੇ ਇਹਦੇ ਨਾਲ ਜਿਹੜਾ ਹੈਗਾ ਕੈਪਟਨ ਅਮਰਿੰਦਰ ਸਿੰਘ ਵੀ ਕਾਫੀ ਖਫਾ ਨੇ ਕਿ ਉਨ੍ਹਾਂ ਨੂੰ ਇਸ ਜਿਹੜਾ ਹੈਗਾ ਟਰੈਕ ਤੋਂ ਉੱਠ ਜਾਣਾ ਚਾਹੀਦਾ ਤੇ ਜਿਹੜੀਆਂ ਪੈਸੰਜਰ ਗੱਡੀਆਂ ਨੂੰ ਵੀ ਜਾਣ ਦੇਣਾ ਚਾਹੀਦਾ। ਤੇ ਇਸ ਖਾਸ ਤੌਰ ਤੇ ਇਹ ਗੱਲ ਹੈ ਕਿ ਜਦੋਂ ਸਾਰੇ ਹੀ ਇਕ ਮਤ ਹੋਣ ਤਾਂ ਦੂਜੇ ਇਕ ਧੜੇ ਵੱਲੋਂ ਜੇਕਰ ਅਜਿਹੀ ਕਾਰਵਾਈ ਕੀਤੀ ਜਾਂਦੀ ਹੈ ਇਕ ਮੰਤਾ ਕੀ ਹੈ। ਖੈਰ, ਆਉਣ ਵਾਲੇ ਦਿਨ ਜਿਹੜਾ 26 ਤਰੀਕ ਹੈ ਕਾਫੀ ਟਕਰਾਓ ਭਰਾ ਹੋ ਸਕਦਾ, ਪਰ ਇਹਦੇ ਨਾਲ ਨਾਲ ਜਿੰਨੇ ਵੀ ਸਿਆਸੀ ਮਾਹਿਰ ਨੇ ਜਾਂ ਦੂਜੇ ਮਾਹਿਰ ਨੇ ਉਨ੍ਹਾਂ ਨੇ ਇਹ ਗੱਲ ਵੀ ਕਹੀ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਹੁਣ ਤੱਕ ਸੰਜਮ ਤੋਂ ਕੰਮ ਲਿਆ, ਕੋਈ ਹਿੰਸਕ ਕਾਰਵਾਈ ਨਹੀਂ ਕੀਤੀ, ਤੇ ਹੁਣ ਜਦੋਂ ਉਹ ਦਿੱਲੀ ਨੂੰ ਜਾਣਗੇ ਤਾਂ ਇਸ ਸੰਜਮ ਨੂੰ ਸੰਭਾਲ ਕੇ ਰੱਖਣਾ ਪਊਗਾ। ਜੇਕਰ ਕੋਈ ਹਿੰਸਕ ਘਟਨਾ ਵਾਪਰ ਜਾਂਦੀ ਹੈ ਤਾਂ ਕੇਂਦਰ ਸਰਕਾਰ ਨੂੰ ਉਨ੍ਹਾਂ ਨੂੰ ਬਦਨਾਮ ਕਰਨ ਦਾ ਬਹੁਤ ਵੱਡਾ ਮੌਕਾ ਮਿਲੂਗਾ। ਇਸ ਗੱਲ ਕਰਕੇ ਉਨ੍ਹਾਂ ਨੂੰ ਹਰ ਹਾਲਤ ਵਿਚ ਬੇਸ਼ੱਕ ਉਨ੍ਹਾਂ ਦੀ ਐਜੀਟੇਸ਼ਨ ਚਾਹੇ ਹਰਿਆਣਾ ਸਰਕਾਰ ਉਨ੍ਹਾਂ ਨੂੰ ਰੋਕ ਵੀ ਲੈਂਦੀ ਹੈ ਤਾਂ ਜੇਕਰ ਹਰਿਆਣਾ ਦੀ ਸੜਕਾਂ ਦੇ ਉੱਤੇ ਉਨ੍ਹਾਂ ਨੇ ਐਜੀਟੇਸ਼ਨ ਕਰਨੀ ਹੈ ਤਾਂ ਕਰੋ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਉਨ੍ਹਾਂ ਨੂੰ ਕੋਈ ਹਿੰਸਕ ਜਿਹੜਾ ਹੈਗਾ ਰੂਪ ਅਖਤਿਆਰ ਕਰਨਾ ਚਾਹੀਦਾ ਤੇ ਇਸ ਤੋਂ ਬਚ ਕੇ ਰਹਿਣਾ ਚਾਹੀਦਾ। ਜੀ ਹਾਂ, ਇਹ ਗੱਲ ਤਾਂ ਹੈਗੀ ਹੈ ਕਿ ਬਚ ਕੇ ਰਹਿਣਾ ਚਾਹੀਦਾ, ਰਹਿ ਬਚ ਕੇ ਗੀਤ ਵੀ ਹੈ ਜੀ। ਤੇ ਅਗਲੀ ਗੱਲ ਕਰਿਓ ਜੀ, ਹੁਣ ਇਹ ਦੋ ਗਾਹਾਂ ਵਾਲੀ ਦੂਜੀ ਖਬਰ, ਕੋਰੋਨਾ ਦੇ ਕੇਸਿਸ ਕਿੰਨੇ ਕੁ ਹੈ ਜੀ? ਹੁਣ ਘਟੇ ਹੈ ਕੋਈ ਕਿ ਹਜੇ ਵਧੀ ਜਾਂਦਾ ਅੰਕੜਾ? ਅੱਜ ਜੋ ਕੋਰੋਨਾ ਦੇ ਅੰਕੜੇ ਆਏ ਨੇ ਉਹ ਕਾਫੀ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਉਸ ਤੋਂ ਆਪਾਂ ਕੁਛ ਆਸ ਦੀ ਮਤਲਬ ਕਿਰਨ ਦੇ ਵਰਗੇ ਨੇ। ਅੱਜ ਜਿਹੜੇ 37,995 ਮਰੀਜ਼ ਆਏ ਨੇ, ਜਦਕਿ ਕੱਲ 45,000 ਦੇ ਕਰੀਬ ਸੀਗੇ। ਇਸ ਤੋਂ ਕਈ ਦਿਨਾਂ ਤੋਂ ਲਗਭਗ ਇਹੀ ਅੰਕੜਾ ਚੱਲਿਆ ਸੀ, ਕਦੇ 45, ਕਦੇ 46, ਕਦੇ 47, ਤੇ ਅੱਜ ਜਿਹੜਾ ਹੈਗਾ ਆਪਾਂ ਕਹਿ ਸਕਦੇ 40,000 ਤੋਂ ਘੱਟ ਮਰੀਜ਼ ਆਏ ਨੇ, ਜਿਹੜੇ ਕਿ ਭਾਵੇਂ ਕਿ ਸਾਡੇ ਭਾਰਤ ਦੇ ਸਮੇਂ 92 ਲੱਖ ਮਰੀਜ਼ ਹੋ ਚੁੱਕੇ ਨੇ, ਪਰ ਫਿਰ ਵੀ ਇਹ ਕਹਿ ਸਕਦੇ ਹਾਂ ਕਿ ਇਹ ਆਉਣ ਵਾਲੇ ਸਮੇਂ ਦੇ ਵਿਚ ਅਸੀਂ ਆਸ ਰੱਖ ਸਕਦੇ ਹਾਂ ਕਿ ਇਹ ਮਰੀਜ਼ ਹੋਰ ਵੀ ਘੱਟ ਜਾਣਗੇ। ਤੇ ਅੱਜ ਜਿਹੜੀ ਮੌਤਾਂ ਦੀ ਗਿਣਤੀ ਆ ਉਹ 480 ਰਹੀ ਹੈ, ਤੇ ਜਦਕਿ ਪਿਛਲੇ ਕਈ ਦਿਨਾਂ ਤੋਂ ਅਸੀਂ 500 ਤੋਂ ਉਪਰ ਮੌਤਾਂ ਦੇਖ ਰਹੇ ਸੀ। ਤੇ ਇਹਦੇ ਨਾਲ ਨਾਲ ਜੋ ਸਾਡੇ ਸਾਹਮਣੇ ਗਿਣਤੀ ਸਾਹਮਣੇ ਆ ਰਹੀ ਹੈ ਪੂਰੀ ਦੁਨੀਆਂ ਦੇ ਵਿਚ, ਉਹ ਵੀ ਕਾਫੀ ਜਿਹੜੀ ਹੈ ਕਾਫੀ ਆਪਾਂ ਕਹਿ ਸਕਦੇ ਹਾਂ ਗੰਭੀਰ ਹੈ। ਖਾਸ ਤੌਰ ਤੇ ਅਮਰੀਕਾ ਦੇ ਵਿਚ ਤਾਂ ਹਰੇ ਵੀ ਲੱਖਾਂ ਦੀ ਗਿਣਤੀ ਵਿਚ ਲੋਕ ਆ ਰਹੇ ਨੇ, ਤੇ ਪੂਰੀ ਦੁਨੀਆਂ ਦੇ ਵਿਚ ਇਸ ਸਮੇਂ 5,97,00,000
34,991 ਮਰੀਜ਼ ਨੇ। ਮੌਤਾਂ ਇੱਥੇ 14,05,827 ਹੋ ਚੁੱਕੀ ਹੈ। ਅਮਰੀਕਾ ਦੇ ਵਿੱਚ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਗਿਣਤੀ ਲਗਾਤਾਰ ਵੱਧ ਰਹੀ ਹੈ ਔਰ ਰੁਕਣ ਦਾ ਨਾਮ ਨਹੀਂ ਲੈ ਰਹੀ ਹੈਗੀ। ਉੱਥੇ 1,27,86,174 ਮਰੀਜ਼ ਆਏ ਨੇ। ਮੌਤਾਂ ਇੱਥੇ 2,63,899 ਹੋ ਚੁੱਕੇ ਨੇ। ਇੰਡੀਆ ਦੀ ਗੱਲ ਕਰਦੇ ਹਾਂ, ਉੱਥੇ ਤਕਰੀਬਨ ਅਸੀਂ 92 ਲੱਖ ਦੇ ਕਰੀਬ ਜਾ ਰਹੇ ਹਾਂ ਤੇ ਇੱਥੇ ਹੁਣ ਤੱਕ ਦੀ ਜਿਹੜੀ ਗਿਣਤੀ ਹੈ ਉਹ 91,93,982 ਹੈ। ਤੇ ਜਿਸ ਤਰੀਕੇ ਨਾਲ ਮਰੀਜ਼ ਆ ਵੀ ਰਹੇ ਨੇ ਉਸ ਤੋਂ ਇਹ ਲੱਗਦਾ ਕਿ ਕੱਲ ਨੂੰ ਅਸੀਂ 92,000 ਤੋਂ ਟੱਪ ਜਾਵਾਂਗੇ। ਤੇ ਮੌਤਾਂ ਦੀ ਗਿਣਤੀ ਜਿਹੜੀ ਹੈਗੀ ਹੈ ਇੱਥੇ 1,34,383 ਹੋ ਚੁੱਕੀ ਹੈ। ਬ੍ਰਾਜ਼ੀਲ ਜੋ ਹੈ ਭਾਵੇਂ ਉੱਥੇ ਮਰੀਜ਼ ਤਾਂ ਨਹੀਂ ਆ ਰਹੇ ਪਰ ਮੌਤਾਂ ਦੇ ਹਿਸਾਬ ਨਾਲ ਹਾਲੇ ਵੀ ਉਹ ਕਾਫ਼ੀ ਅੱਗੇ ਚੱਲ ਰਿਹਾ। ਉੱਥੇ 60,88,004 ਮਰੀਜ਼ ਨੇ। ਮੌਤਾਂ ਉੱਥੇ 1,69,541 ਹੋ ਚੁੱਕੀਆਂ ਨੇ। ਤੇ ਇਸੇ ਤਰੀਕੇ ਦੇ ਨਾਲ ਜੇਕਰ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਲਈ ਇਸ ਵੀ ਚਿੰਤਤ ਹੈ ਕਿਉਂਕਿ ਇੱਥੇ ਜਿਹੜੇ ਹੈਗਾ ਮਰੀਜ਼ਾਂ ਦੀ ਗਿਣਤੀ ਕਦੇ ਘੱਟ ਜਾਂਦੀ ਹੈ ਕਦੇ ਵੱਧ ਜਾਂਦੀ ਹੈ ਪਰ ਮੌਤਾਂ ਦੀ ਗਿਣਤੀ ਜੀ ਇੱਕ ਨਿਰੰਤਰ ਚੱਲ ਰਹੀ ਹੈ, ਹੁਣ 20 ਤੋਂ ਉੱਪਰ ਚੱਲ ਰਹੀ ਹੈ। ਤੇ ਅੱਜ ਪੰਜਾਬ ਦੇ ਵਿੱਚ 614 ਮਰੀਜ਼ ਆਏ ਤੇ 22 ਮੌਤਾਂ ਹੋਈਆਂ। ਹੁਣ ਤੱਕ ਜਿੰਨੀਆਂ ਵੀ ਮੌਤਾਂ ਹੋਈਆਂ ਨੇ ਉਹਦੇ ਵਿੱਚ ਸਭ ਤੋਂ ਜ਼ਿਆਦਾ ਮੌਤਾਂ ਲੁਧਿਆਣੇ ਚ ਹੋਈਆਂ ਨੇ, ਉੱਥੇ 102 ਹੋਈਆਂ ਨੇ। ਤੇ ਜਲੰਧਰ ਦੇ ਵਿੱਚ 94 ਹੋਈਆਂ ਨੇ, ਪਟਿਆਲੇ ਚ 82 ਹੋਈਆਂ ਨੇ, ਮੋਹਾਲੀ ਚ 81 ਹੋਈਆਂ ਨੇ ਤੇ ਅੰਮ੍ਰਿਤਸਰ ਦੇ ਵਿੱਚ 55 ਮੌਤਾਂ ਹੁਣ ਤੱਕ ਹੋ ਚੁੱਕੀਆਂ ਨੇ। ਤੇ ਇਸ ਗੱਲ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਮੈਂ ਇੱਕ ਹੋਰ ਸਿੱਧੂ ਸਾਹਿਬ ਦੇਖਣ ਦੀ ਗੱਲ ਇਹ ਹੈ ਕਿ ਪਿਛਲੇ ਸਮੇਂ ਦੌਰਾਨ ਅਸੀਂ ਦੇਖ ਰਹੇ ਸੀ ਕਿ ਲੋਕਾਂ ਦੇ ਵਿੱਚ ਸਾਵਧਾਨੀ ਘਟਦੀ ਜਾ ਰਹੀ ਸੀ, ਲੋਕ ਜਿਹੜਾ ਹੈਗਾ ਮਾਸਕ ਲਾਉਣਾ ਬੰਦ ਕਰਕੇ ਸੀਗੇ, ਪਰ ਹੁਣ ਜਿਉਂ ਜਿਉਂ ਅਸੀਂ ਦੇਖ ਰਹੇ ਹਾਂ ਕਿ ਇਹ ਅੰਕੜੇ ਵੱਧਦੇ ਜਾ ਰਹੇ ਨੇ, ਪੂਰੀ ਦੁਨੀਆਂ ਚ ਵੱਧ ਰਹੇ ਨੇ ਤੇ ਕੁਛ ਲੋਕ ਹੁਣ ਫੇਰ ਦੁਬਾਰਾ ਸਾਵਧਾਨ ਹੋਣ ਲੱਗ ਗਏ ਨੇ ਤੇ ਉਨ੍ਹਾਂ ਦੁਬਾਰਾ ਜਿਹੜਾ ਹੈਗਾ ਮਾਸਕ ਪਾਉਣੇ ਸ਼ੁਰੂ ਕਰ ਦਿੱਤੇ ਗਏ ਨੇ। ਭਾਵੇਂ ਕਿ ਹਾਲੇ ਬਾਜ਼ਾਰਾਂ ਦੇ ਵਿੱਚ ਭੀੜਾਂ ਉਸੇ ਤਰ੍ਹਾਂ ਲੱਗੀਆਂ ਹੋਈਆਂ ਨੇ, ਪਰ ਫੇਰ ਵੀ ਜੇਕਰ ਜ਼ਿਆਦਾ ਨਹੀਂ ਤਾਂ ਕੁਛ ਪ੍ਰਤੀਸ਼ਤ ਲੋਕ ਫੇਰ ਦੁਬਾਰਾ ਸਾਵਧਾਨ ਹੋਣ ਲੱਗੇ ਨੇ, ਜਿਨ੍ਹਾਂ ਨੇ ਕਿ ਪਹਿਲਾਂ ਇਹ ਛੱਡ ਦਿੱਤਾ ਸੀਗਾ ਕਿ ਮਾਸਕ ਨਹੀਂ ਪਾਉਣਾ ਜਾਂ ਸੋਸ਼ਲ ਡਿਸਟੈਂਸਿੰਗ ਨਹੀਂ ਰੱਖਣੀ ਜਾਂ ਹੱਥ ਨਹੀਂ ਧੋਣੇ ਹੈਗੇ। ਵਿਸ਼ੇਸ਼ ਤੌਰ ਤੇ ਦਫ਼ਤਰਾਂ ਦੇ ਉੱਤੇ ਫੇਰ ਦੁਬਾਰਾ ਲਿਖਣਾ ਸ਼ੁਰੂ ਕਰ ਦਿੱਤਾ ਕਿ ਅੰਦਰ ਮਾਸਕ ਪਾ ਕੇ ਜਾਓ ਤੇ ਬਾਹਰਲੇ ਪਾਸੇ ਜਿਹੜਾ ਹੈਗਾ ਸੈਨੇਟਾਈਜ਼ ਕੀਤਾ ਜਾਂਦਾ। ਤੇ ਸਾਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਹੈ ਕਿ ਜਦੋਂ ਤੱਕ ਸਾਡੇ ਕੋਲ ਵੈਕਸੀਨ ਨਹੀਂ ਆਉਂਦੀ ਹੈਗੀ ਜਾਂ ਪੂਰਾ ਇਲਾਜ ਨਹੀਂ ਹੁੰਦਾ ਉਦੋਂ ਤੱਕ ਇਹ ਸਾਵਧਾਨੀਆਂ ਹੀ ਵਰਤੀਆਂ ਜਾਣੀ ਚਾਹੀਦੀ ਹਨ, ਇਸ ਤੋਂ ਹੀ ਅਸੀਂ ਬਚ ਸਕਦੇ ਹਾਂ ਜੀ। ਇਹ ਵੀ ਗੱਲ ਹੈ ਕਿ ਸਾਵਧਾਨੀਆਂ ਜਿਹੜੀਆਂ ਜਿੰਨੀਆਂ ਵਰਤ ਲਾਂਗੇ ਓਨੀਆਂ ਹੀ ਫਾਇਦੇ ਚ, ਨਹੀਂ ਤਾਂ ਉਹੀ ਸਾਵਧਾਨੀ ਹਟੀ ਤੇ ਦੁਰਘਟਨਾ ਘਟੀ ਘਟੀ ਹਾਂਜੀ। ਹੈਲੋ ਜੀ, ਇੱਕ ਮੈਸੇਜ ਆਇਆ ਕਿ DSP ਡੱਬ ਵਾਲੀ ਰੇਡੀਓ ਤੇ ਬੋਲ ਕੇ ਗਿਆ ਕਿ ਸਰਕਾਰ ਵੱਲੋਂ ਹੁਕਮ ਹੈ ਅੱਜ ਰਾਤ ਤੋਂ 8 ਵਜੇ ਤੋਂ ਪੰਜਾਬ ਵਿਚੋਂ ਆਉਣ ਵਾਲੇ ਸਾਰੀਆਂ ਹੀ ਆਵਾਜਾਈ ਦੀਆਂ ਚੀਜ਼ਾਂ ਦੇ ਉੱਤੇ ਪੂਰਨ ਪਾਬੰਦੀ ਹੈ। ਵਾਟਰ ਕੈਨਨ, ਅਥਰੂ ਗੈਸ ਤੇ ਹੋਰ ਸਾਰੇ ਤਰ੍ਹਾਂ ਦਾ ਅਮਲਾ ਫੈਲਾ ਲਗਾਇਆ ਗਿਆ। ਇਕ ਸਵਾਲ ਹੈ ਜੀ, ਹਰਿਆਣਾ ਪੁਲਿਸ ਨੇ ਹਰ ਇਕ ਨਾਕੇ ਦੇ ਉੱਤੇ 2 ਕੰਪਨੀਆਂ ਤੈਨਾਤ ਕਰਤੀਆਂ। ਸਿੱਧੂ ਸਾਹਿਬ, ਉਹੀ ਗੱਲ ਹੈ ਕਿ ਜਿਵੇਂ ਮੈਂ ਤੁਹਾਨੂੰ ਗੱਲ ਪਹਿਲਾਂ ਵੀ ਕਹੀ ਸੀਗੀ ਕਿ ਆਪਾਂ ਇਸ ਗੱਲ ਦੀ ਤਾਂ ਜਿਸ ਤਰੀਕੇ ਦਾ ਹੁਣ ਗੱਲ ਹੋਈ ਹੈ ਇਸ ਗੱਲ ਤੋਂ ਪੁਸ਼ਟੀ ਹੋ ਗਈ ਹੈ ਕਿ ਹਰਿਆਣਾ ਸਰਕਾਰ ਇਸ ਗੱਲ ਲਈ ਬਜ਼ਿੱਦ ਹੈ ਕਿ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਨੂੰ
ਜਿਹੜਾ ਹੈਗਾ ਆਪਣੇ ਰਸਤੇ ਆਪਣੀਆਂ ਸੜਕਾਂ ਦੇ ਉੱਤੇ ਨਹੀਂ ਜਾਣ ਦਊਗੀ ਤੇ ਇਸ ਜੋ ਦਿੱਲੀ ਕੂਚ ਹੈ ਉਸ ਨੂੰ ਸਾਬਤਾਜ ਕਰਨ ਦੇ ਪੂਰੇ ਯਤਨ ਹੋ ਰਹੇ ਨੇ ਤੇ ਇਸ ਦੀ ਜਿਹੜੇ ਹੈਗਾ ਆਲੋਚਨਾ ਅਕਾਲੀ ਦਲ ਨੇ ਵੀ ਕੀਤੀ ਹੈ, ਹੋਰ ਸਿਆਸੀ ਪਾਰਟੀਆਂ ਨੇ ਵੀ ਕੀਤੀ ਹੈ ਕਿਉਂਕਿ ਸਾਡਾ ਇਹ ਜਮਹੂਰੀ ਹੱਕ ਹੈ, ਐਜੀਟੇਸ਼ਨ ਕਰਨਾ ਜਮਹੂਰੀ ਹੱਕ ਹੈ। ਅਸੀਂ ਅੰਦੋਲਨ ਕਰਦੇ, ਸਾਡੀ ਜੋ ਅਸੀਂ ਆਜ਼ਾਦੀ ਵੀ ਹਾਸਲ ਕੀਤੀ ਹੈ ਉਹ ਇਸੇ ਤਰੀਕੇ ਨਾਲ ਕੀਤੀ ਹੈ ਕਿ ਅਸੀਂ ਜਦੋਂ ਚਾਹੇ ਆਪਾਂ ਸਹਿਮਤ ਹੋਈਏ ਜਾਂ ਨਾ ਹੋਈਏ, ਮਹਾਤਮਾ ਗਾਂਧੀ ਨੇ ਜਿਹੜਾ ਹੈਗਾ ਸ਼ਾਂਤਮਈ ਤਰੀਕੇ ਨਾਲ ਧਰਨੇ ਦਿੱਤੇ, ਹੁਣ ਤੱਕ ਵੀ ਇਹ ਕੁਝ ਚੱਲਦਾ ਰਿਹਾ। ਜਦੋਂ ਵੀ ਕਿਸੇ ਸਿਆਸੀ ਪਾਰਟੀ ਨੇ ਜਾਂ ਕਿਸੇ ਹੋਰ ਜਥੇਬੰਦੀ ਨੇ ਆਪਣੀ ਗੱਲ ਮਨਵਾਉਣੀ ਹੁੰਦੀ ਹੈ ਜਾਂ ਆਪਣਾ ਗੱਲ ਕਹਿਣੀ ਹੁੰਦੀ ਹੈ ਤਾਂ ਕਹਿਣ ਵਾਸਤੇ ਇਹ ਸ਼ਾਂਤਮਈ ਤਰੀਕੇ ਵਰਤੇ ਜਾਂਦੇ ਨੇ। ਅਫਸੋਸ ਦੀ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਕਿ ਹੁਣ ਤੱਕ ਇਹ ਦਾਅਵਾ ਕਰਦੀ ਆ ਰਹੀ ਹੈ ਕਿ ਅਸੀਂ ਜਮਹੂਰੀ ਤੌਰ ਤਰੀਕਿਆਂ ਦੇ ਵਿਚ ਵਿਸ਼ਵਾਸ ਰੱਖਦੇ ਹਾਂ, ਪਰ ਜਿਸ ਤਰੀਕੇ ਨਾਲ ਹਰਿਆਣਾ ਦੀ ਤਿਆਰੀ ਚੱਲ ਰਹੀ ਹੈ, ਹਰਿਆਣਾ ਸਰਕਾਰ ਦੀ ਤਿਆਰੀ ਚੱਲ ਰਹੀ ਹੈ, ਉਸ ਨੂੰ ਦੇਖਦੇ ਹੋਏ ਅਜਿਹਾ ਲੱਗਦਾ ਕਿ ਉਨ੍ਹਾਂ ਨੇ ਜਿਹੜਾ ਹੈਗਾ ਜਮਹੂਰੀ ਕਦਰਾਂ ਕੀਮਤਾਂ ਨੂੰ ਬਿਲਕੁਲ ਤਿਲਾਂਜਲੀ ਦੇ ਦਿੱਤੀ ਹੈ। ਜੀ ਇਹ ਵੀ ਗੱਲ ਹੈ ਜੀ, ਆਹ ਇੱਕ ਕਦਰਾਂ ਕੀਮਤਾਂ ਹੁੰਦੀਆਂ ਸੀ ਜਮਹੂਰੀ ਤੇ ਉਨ੍ਹਾਂ ਨੇ ਤਿਲਾਂਜਲੀ ਦੇ ਦਿੱਤੀ, ਇਹ ਗੱਲ ਮੰਨਣੀ ਹੀ ਪਊ ਤੇ ਕੀ ਹੋਊਗਾ ਹਾਂ ਇਹ ਤਾਂ ਨਹੀਂ ਪਤਾ ਜੀ, ਤੇ ਬਸ ਹਦਾਇਤਾਂ ਹੀ ਵੈਕਸੀਨ ਹੈ ਜੀ ਕਹਿੰਦੇ ਹਾਲ ਦੀ ਘੜੀ ਤਾਂ ਮੋਦੀ ਸਾਹਿਬ ਕਹਿੰਦੇ, ਉਹ ਵੀ ਹੈ ਕਹਿੰਦੇ ਚਿੱਠੀ ਨੂੰ ਧਾਰ ਸਮਝੋ। ਜੀ ਦੇਖੋ ਅੱਜ ਜਿਸ ਤਰੀਕੇ ਨਾਲ ਆਪਾਂ ਹੁਣ ਪਹਿਲਾਂ ਗੱਲ ਕੀਤੀ ਹੈ ਕਿ ਕੋਰੋਨਾ ਦੇ ਮਰੀਜ਼ ਭਾਵੇਂ ਭਾਰਤ ਵਿਚ ਘਟਦੇ ਜਾ ਰਹੇ ਨੇ, ਪਰ ਕੁਝ ਸੂਬੇ ਅਜਿਹੇ ਨੇ, ਖਾਸ ਤੌਰ ਤੇ ਰਾਜਧਾਨੀ ਦਿੱਲੀ ਦੀ ਗੱਲ ਕਰਦੇ ਹਾਂ, ਉਥੇ ਵੀ ਜਿਹੜੇ ਹੈਗੇ ਮਰੀਜ਼ ਵੀ ਵੱਧ ਰਹੇ ਨੇ, ਮੌਤਾਂ ਵੀ ਜ਼ਿਆਦਾ ਵੱਧ ਰਹੀਆਂ ਨੇ, ਹੋਰ ਵੀ ਕਈ ਸੂਬੇ ਨੇ ਜਿੱਥੇ ਅਜਿਹਾ ਕੁਝ ਹੋ ਰਿਹਾ। ਇਸ ਗੱਲ ਕਰਕੇ ਸਰਕਾਰਾਂ ਵੀ ਜਿਹੜਾ ਹੈਗਾ ਖਾਸ ਤੌਰ ਤੇ ਸਾਵਧਾਨੀਆਂ ਵਰਤ ਰਹੀਆਂ ਨੇ, ਉਨ੍ਹਾਂ ਵੱਲੋਂ ਬਹੁਤ ਸਾਰੀਆਂ ਹਦਾਇਤਾਂ ਵੀ ਦਿੱਤੀ ਜਾ ਰਹੀਆਂ, ਕੁਝ ਪਾਬੰਦੀਆਂ ਵੀ ਲਾਈਆਂ ਜਾ ਰਹੀਆਂ। ਇਸ ਸਬੰਧ ਵਿਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਨੇ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ ਗੱਲਬਾਤ ਕੀਤੀ ਤੇ ਉਹਦੇ ਵਿਚ ਇਸ ਗੱਲ ਦਾ ਜਾਇਜ਼ਾ ਲਿਆ ਕਿ ਕੋਰੋਨਾ ਦੀ ਹਾਲਤ ਕਿਸ ਤਰੀਕੇ ਦੇ ਨਾਲ ਹੈ। ਤਾਂ ਉਸ ਜਦੋਂ ਉਹ ਸੰਬੋਧਨ ਕਰ ਰਹੇ ਸੀਗੇ ਤੇ ਉਨ੍ਹਾਂ ਨੇ ਇਹ ਗੱਲ ਕਹੀ ਹੈ ਕਿ ਹਾਲ ਦੀ ਘੜੀ ਜਦੋਂ ਸਾਡੇ ਕੋਲ ਵੈਕਸੀਨ ਨਹੀਂ ਹੈ ਤਾਂ ਸਿਰਫ ਤੇ ਸਿਰਫ ਹਦਾਇਤਾਂ ਹੀ ਨੇ, ਉਨ੍ਹਾਂ ਹਦਾਇਤਾਂ ਦਾ ਹੀ ਪਾਲਣਾ ਕਰਨਾ ਚਾਹੀਦਾ ਤੇ ਉਨ੍ਹਾਂ ਨੇ ਇਹ ਗੱਲ ਕਹੀ ਹੈ ਕਿ ਸਾਨੂੰ ਹਾਲ ਤੱਕ ਇਹ ਨਹੀਂ ਪਤਾ ਕਿ ਜੇਕਰ ਕੋਰੋਨਾ ਦੀ ਵੈਕਸੀਨ ਆ ਜਾਂਦੀ ਹੈ ਉਸ ਦੀ ਇਕ ਡੋਜ਼ ਲੱਗੂਗੀ ਕਿ ਦੋ ਡੋਜ਼ ਲੱਗਣਗੀਆਂ, ਇਹ ਵੀ ਨਹੀਂ ਪਤਾ ਕਿ ਇਸ ਦੀ ਜਿਹੜੀ ਕੋਰੋਨਾ ਦੀ ਵੈਕਸੀਨ ਆਊਗੀ ਉਹਦੀ ਕੀਮਤ ਕਿੰਨੀ ਹੋਊਗੀ, ਇਸ ਗੱਲ ਦਾ ਵੀ ਹਾਲੇ ਤੱਕ ਤੈਅ ਨਹੀਂ ਹੋ ਸਕਿਆ। ਤੇ ਉਨ੍ਹਾਂ ਦੇ ਨਾਲ ਨਾਲ ਇਹ ਵੀ ਕਿਹਾ ਕਿ ਜਦੋਂ ਤੱਕ ਜਿਵੇਂ ਪਹਿਲਾਂ ਗੱਲ ਕਹੀ ਹੈ ਵੀ ਸਾਡੇ ਕੋਲ ਵੈਕਸੀਨ ਨਹੀਂ ਆ ਰਹੀ ਤਾਂ ਸਾਨੂੰ ਹਦਾਇਤਾਂ ਜਿਹੜੀ ਹੁਣ ਤੱਕ ਹੈਲਥ ਮਾਹਿਰ ਦਿੰਦੇ ਆ ਰਹੇ ਨੇ ਉਨ੍ਹਾਂ ਦੀ ਹੀ ਪਾਲਣਾ ਕਰਨੀ ਚਾਹੀਦੀ ਹੈ। ਪਰ ਨਾਲ ਨਾਲ ਉਨ੍ਹਾਂ ਨੇ ਸੂਬਿਆਂ ਨੂੰ ਇਹ ਗੱਲ ਵੀ ਕਹੀ ਹੈ ਕਿ ਹੁਣ ਜਿਸ ਤਰੀਕੇ ਨਾਲ ਪੂਰੀ ਦੁਨੀਆਂ ਦੇ ਵਿਚ ਵੈਕਸੀਨ ਤਿਆਰ ਹੋ ਰਹੀ ਹੈ ਉਸ ਵੈਕਸੀਨ ਨੂੰ ਲੈ ਕੇ ਜਿਹੜੇ ਇੰਡੀਅਨ ਡਿਵੈਲਪਰ ਨੇ ਉਨ੍ਹਾਂ ਨਾਲ ਵੀ ਸਰਕਾਰ ਇੰਟਰੈਕਟ ਵਿਚ ਹੈ, ਉਨ੍ਹਾਂ ਦੇ ਨਾਲ ਵੀ ਸੰਪਰਕ ਦੇ ਵਿਚ ਹੈ ਤੇ ਦੁਨੀਆਂ ਦੇ ਵਿਚ ਜਿੱਥੇ ਜਿੱਥੇ ਵੈਕਸੀਨ ਤਿਆਰ ਹੋ ਰਹੀ ਹੈ ਉਥੇ ਵੀ ਉਨ੍ਹਾਂ ਨੇ ਸੰਪਰਕ ਕੀਤਾ ਹੋਇਆ ਤੇ ਇਸ ਗੱਲ ਕਰਕੇ ਜਿਹੜੀ ਸਟੋਰੇਜ ਦੀ ਸਹੂਲਤਾਂ ਨੇ ਉਸ ਦੀ ਵੀ ਤਿਆਰੀ ਕਰਨੀ ਚਾਹੀਦੀ ਹੈ ਤੇ ਨਾਲ ਨਾਲ ਉਨ੍ਹਾਂ ਨੇ ਇਹ ਗੱਲ ਵੀ ਕਿਹਾ ਕਿ ਜਿਹੜੇ ਭਾਰਤ ਦੇ ਲੋਕਾਂ ਨੂੰ
ਵੈਕਸੀਨ ਦਿੱਤੀ ਜਾਊਗੀ ਉਹ ਇਕ ਸੈਂਟਿਫਿਕ ਸਟੈਂਡਰਡ ਦੀ ਹੋਊਗੀ, ਉਹ ਮਾੜੀ ਮੋਟੀ ਵੈਕਸੀਨ ਨਹੀਂ ਹੋਊਗੀ। ਤੇ ਨਾਲ ਨਾਲ ਇਹ ਵੀ ਗੱਲ ਕਹੀ ਹੈ ਕਿ ਜਿਹੜੇ ਵੈਕਸੀਨ ਜਿਹੜੀਆਂ ਸਰਕਾਰਾਂ ਉਪਲਬਧ ਕਰਾਉਗੀ ਉਸ ਸਬੰਧ ਵਿਚ ਬਲਾਕ ਪੱਧਰ ਦੇ ਉਤੇ ਜਾਂ ਜ਼ਿਲ੍ਹਾ ਪੱਧਰ ਦੇ ਉਤੇ ਟਾਸਕ ਫੋਰਸਾਂ ਦੀ ਤਿਆਰੀ ਕੀਤੀ ਜਾ ਰਹੀ ਹੈ। ਤੇ ਇਹਦਾ ਮਤਲਬ ਇਹੀ ਹੈ ਕਿ ਸਰਕਾਰ ਹੁਣ ਤਿਆਰੀਆਂ ਕਰ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿਚ ਇਹ ਵੈਕਸੀਨ ਲੋਕਾਂ ਤੱਕ ਪੁੱਜ ਵੀ ਸਕਦੀ ਹੈ। ਪਰ ਇਹ ਹੈ ਕਿ ਉਦੋਂ ਤੱਕ ਜਿਹੜਾ ਹੈਗਾ ਜਿਵੇਂ ਆਪਾਂ ਕਹਿ ਰਹੇ ਹਾਂ ਵਾਰੀ ਵਾਰੀ ਥੋੜਾ ਹੀ ਸਮਾਂ ਬਚਿਆ ਤੇ ਨਰਿੰਦਰ ਮੋਦੀ ਉਨ੍ਹਾਂ ਨੇ ਇਹ ਵੀ ਗੱਲ ਕਹੀ ਹੈ ਕਿ ਅਸੀਂ ਜਿਹੜਾ ਇਕ ਜਹਾਜ਼ ਹੈ ਉਸ ਨੂੰ ਸਮੁੰਦਰ ਦੇ ਵਿਚੋਂ ਕੱਢ ਲੈ ਕੇ ਆਏ ਹਾਂ, ਪਰ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਇਹ ਜਹਾਜ਼ ਥੋੜੇ ਪਾਣੀ ਦੇ ਵਿਚ ਡੁੱਬ ਜਾਵੇ। ਤੇ ਕਹਿਣ ਤੋਂ ਭਾਵ ਇਹ ਹੈ ਕਿ ਅਸੀਂ ਕੋਰੋਨਾ ਦਾ ਜਿਹੜਾ ਸੰਕਟ ਹੈ ਉਸ ਨੂੰ ਕਾਫੀ ਅੱਗੇ ਤੱਕ ਲੈ ਆਏ ਹਾਂ, ਮਤਲਬ ਉਸ ਨੂੰ ਪਾਰ ਕਰ ਲਿਆ ਤੇ ਹੁਣ ਜਿਹੜਾ ਸਮਾਂ ਉਹ ਆ ਗਿਆ ਕਿ ਜੇਕਰ ਅਸੀਂ ਸਾਵਧਾਨੀਆਂ ਘਟਾਉਂਦੇ ਹਾਂ ਤਾਂ ਇਹ ਕੋਰੋਨਾ ਇਕ ਵਾਰ ਫੇਰ ਵੱਧ ਸਕਦਾ। ਉਹਦਾ ਕਾਰਨ ਇਹ ਹੈ ਕਿ ਅਸੀਂ ਦੇਖ ਰਹੇ ਹਾਂ ਪੱਛਮੀ ਮੁਲਕਾਂ ਦੇ ਵਿਚ ਵਾਰੀ ਵਾਰੀ ਜਿਹੜੀਆਂ ਦੂਜੀਆਂ ਜਾਂ ਤੀਜੀਆਂ ਲਹਿਰਾਂ ਆ ਗਈਆਂ ਨੇ ਉਥੇ ਲਗਾਤਾਰ ਮਰੀਜ਼ ਸਾਹਮਣੇ ਆ ਰਹੇ ਨੇ। ਤੇ ਭਾਰਤ ਦੇ ਵਿਚ ਭਾਵੇਂ ਗਿਣਤੀ ਘੱਟ ਰਹੀ ਹੈ ਪਰ ਫੇਰ ਵੀ ਇਹ ਹੈ ਕਿ ਜੇਕਰ ਅਸੀਂ ਸਾਵਧਾਨੀ ਨਹੀਂ ਵਰਤਾਂਗੇ ਤਾਂ ਇਹ ਗਿਣਤੀ ਵੱਧ ਵੀ ਸਕਦੀ ਹੈ। ਇਸ ਗੱਲ ਕਰਕੇ ਸਾਨੂੰ ਸਾਵਧਾਨ ਰਹਿਣਾ ਹੀ ਚਾਹੀਦਾ ਹੈ ਜੀ। ਗੱਲ ਤਾਂ ਇਹੀ ਹੈ ਕਿ ਸਾਵਧਾਨ ਸਾਨੂੰ ਰਹਿਣਾ ਪਊਗਾ ਤੇ ਇਹ ਵੀ ਸਾਵਧਾਨ ਰਹਿਣਾ ਪਊਗਾ ਸਾਡੇ ਆਗੂ ਆ ਗੱਲਾਂ ਬਾਤਾਂ ਅਨੁਸਾਰ ਨਾ ਲਿਆ ਪਿੜ ਪੱਲੇ ਹਜੇ ਤੱਕ ਇਨ੍ਹਾਂ ਦੇ ਵੀ ਕੁਛ ਨਹੀਂ ਜੀ ਜੀ। ਹਾਂ ਸਿੱਧੂ ਸਾਹਿਬ ਗੱਲ ਇਹ ਹੈ ਕਿ ਪਰ ਇਹ ਹੈ ਕਿ ਇਸ ਸਮੇਂ ਜਿਹੜੀ ਭਾਰਤ ਵਾਸਤੇ ਸਭ ਤੋਂ ਵੱਡੀ ਚੁਣੌਤੀ ਹੈ ਇਕ ਤਾਂ ਸਾਡੀ ਭਾਰਤੀ ਅਰਥ ਵਿਵਸਥਾ ਬਹੁਤ ਜ਼ਿਆਦਾ ਡਾਵਾਂਡੋਰ ਹੋ ਚੁੱਕੀ ਹੈ। ਉਹਦਾ ਕਾਰਨ ਇਹ ਹੈ ਕਿ ਪਿਛਲੇ ਸਮੇਂ ਦੌਰਾਨ ਜਿਹੜੇ ਅਸੀਂ ਜਿਹੜੀ ਤਾਲਾਬੰਦੀ ਕੀਤੀ ਲਾਕਡਾਊਨ ਕੀਤੇ ਉਹਦੇ ਕਰਕੇ ਸਾਡੀ ਜਿਹੜੀਆਂ ਆਰਥਿਕ ਗਤੀਵਿਧੀਆਂ ਬਿਲਕੁਲ ਖਤਮ ਹੋ ਗਈਆਂ ਤੇ ਇਹ ਵੀ ਹੈ ਕਿ ਸਾਡੀ ਜੀ ਡੀ ਪੀ ਜਿਹੜੀ ਮੰਥੀ ਦੇ ਵਿਚ ਚੱਲ ਰਹੀ ਹੈ ਤੇ ਇਸ ਅਰਥ ਵਿਵਸਥਾ ਨੂੰ ਖੜਾ ਕਰਨ ਵਾਸਤੇ ਬਹੁਤ ਸਮਾਂ ਲੱਗ ਸਕਦਾ ਹੈ ਤੇ ਸਮਾਂ ਲੱਗਣ ਦੇ ਨਾਲ ਨਾਲ ਸਾਨੂੰ ਬਹੁਤ ਸਾਰੀ ਵੱਡੀ ਰਕਮ ਚਾਹੀਦੀ ਹੈ ਜਿਹੜੀ ਵੈਕਸੀਨ ਨੂੰ ਖਰੀਦਣ ਵਾਸਤੇ। ਤੇ ਜਦੋਂ ਇੰਨੀ ਵੱਡੀ ਰਕਮ ਵੀ ਚਾਹੀਦੀ ਹੈ ਤੇ ਦੂਜਾ ਇਹ ਹੈ ਕਿ ਸਾਨੂੰ ਹੋਰ ਵੀ ਇਸ ਤੋਂ ਵੱਡੀਆਂ ਚੁਣੌਤੀਆਂ ਨੇ ਕਿਉਂਕਿ ਭਾਰਤ ਦੇ ਵਿਚ 135 ਕਰੋੜ ਜਨਤਾ ਹੈ। ਇੰਨੀ ਵੱਡੀ ਜਨਤਾ ਦੇ ਵਾਸਤੇ ਵੈਕਸੀਨ ਦੀ ਜਿਹੜੀ ਹੈ ਵਿਵਸਥਾ ਕਰਨੀ ਬਹੁਤ ਵੱਡੀ ਆਪਣੇ ਆਪ ਦੇ ਵਿਚ ਚੈਲੇਂਜ ਹੈ ਤੇ ਇਸ ਚੈਲੇਂਜ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਸਹਿਣ ਕਰਦੇ ਹਾਂ ਜਾਂ ਮਤਲਬ ਇਸ ਚੈਲੇਂਜ ਨੂੰ ਸਵੀਕਾਰ ਕਰਦੇ ਹਾਂ ਇਹ ਆਪਣੇ ਆਪ ਦੇ ਵਿਚ ਇਕ ਵੱਡਾ ਸਵਾਲ ਹੈ ਕਿਉਂਕਿ ਭਾਰਤ ਇਕ ਵਿਸ਼ਾਲ ਮੁਲਕ ਹੈ। ਇਸ ਲਈ ਇਕੱਲੇ ਇਕੱਲੇ ਬੰਦੇ ਤੱਕ ਵੈਕਸੀਨ ਪਹੁੰਚਾਉਣਾ ਬਹੁਤ ਵੱਡੀ ਜਿਹੜਾ ਹੈਗਾ ਮਿਹਨਤ ਦਾ ਕੰਮ ਹੈ ਤੇ ਪੈਸੇ ਦਾ ਵੀ ਕੰਮ ਹੈ ਸਮੇਂ ਦਾ ਵੀ ਕੰਮ ਹੈ ਜੀ। ਇਹ ਵੀ ਸਹੀ ਗੱਲ ਤੁਹਾਡੀ ਕੰਮ ਹੀ ਕੰਮ ਹੈ ਤੇ ਜੀ ਅਗਲਾ ਕੰਮ ਕੀ ਹੈ ਜੀ ਖਬਰਾਂ ਦਾ। ਖਬਰ ਦੇ ਵਿਚੋਂ ਅਸੀਂ ਖਬਰ ਹੁਣ ਆ ਸਾਂਝੀ ਕਰ ਦਈਏ। ਲੁਧਿਆਣਾ ਇਥੋਂ ਬੜੀ ਮਾੜੀ ਖਬਰ ਆ ਰਹੀ ਹੈ ਪਰ ਇਹ ਤੋਂ ਪਹਿਲਾਂ ਥੋੜੀ ਚੰਗੀ ਖਬਰ ਆਪਾਂ ਸਾਂਝੀ ਕਰਦੇ ਹਾਂ। ਸਿੱਧੂ ਹੋਰਾਂ ਦਾ ਹੁਣ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਖਾਣੇ ਦਾ ਪ੍ਰਬੰਧ ਇਨ੍ਹਾਂ ਨੇ ਕਰਤਾ ਜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪਤਾ ਲੱਗਿਆ ਸਿੱਧੂ ਹੋਰਾਂ ਪਟਿਆਲੇ ਆ। ਹਾਂਜੀ ਕਹਿੰਦੇ ਆ ਜੀ ਮੱਕੀ ਦੀ ਰੋਟੀਆਂ ਸਰੋਂ ਦਾ ਸਾਗ ਮੱਖਣ ਲੱਸੀ ਇਹ ਸਾਰਾ ਕੁਝ ਤਿਆਰ ਕਰਿਆ ਜਾ ਰਿਹਾ ਹੈ। ਉਹ ਤਾਂ ਪੰਜਾਬੀ ਬੰਦੇ ਖਾਂਦੇ ਹੁੰਦੇ ਜੀ ਤੁਸੀਂ ਸਿਆਸਤਦਾਨਾਂ ਦਾ ਖਾਣਾ ਦੱਸੋ ਕੀ ਖਾਂਦੇ ਹੁੰਦੇ ਉਹ। ਦੇਖੋ ਗੱਲ ਇਹ ਹੈ ਵੀ ਚਾਹੇ ਸਿਆਸਤਦਾਨ ਹੋਣ ਚਾਹੇ ਕੋਈ ਵੀ ਹੋਣ ਤੇ ਰੋਟੀ ਤਾਂ ਜਦੋਂ ਸਰਦੀ ਦਾ ਰੁੱਤ ਹੁੰਦੀ ਹੈ ਤਾਂ ਖਾਸ ਤੌਰ ਤੇ ਇਸ ਗੱਲ ਦੀ ਡਿਮਾਂਡ ਹੀ ਰਹਿੰਦੀ ਹੈ ਕਿ ਇਹ ਮੱਕੀ ਦੀ ਰੋਟੀ ਸਰੋਂ ਦਾ ਸਾਗ ਮਿਲਣਾ ਚਾਹੀਦਾ।
ਪਰ ਇਹ ਹੈ ਕਿ ਉਹ ਇਸ ਖਾਣੇ ਦੇ ਦੌਰਾਨ ਇਹ ਤਾਂ ਇੱਕ ਬਹਾਨਾ ਹੁੰਦਾ, ਰੋਟੀ ਤਾਂ ਸਾਰੇ ਖਾਂਦੇ ਆ, ਪਰ ਇਹ ਹੈ ਕਿ ਹੁਣ ਪਿਛਲੇ ਸਮੇਂ ਦੌਰਾਨ ਆਪਾਂ ਇਹ ਦੇਖਦੇ ਆ ਰਹੇ ਹਾਂ ਤਕਰੀਬਨ ਡੇਢ ਪੌਣੇ ਦੋ ਸਾਲ ਹੋ ਚੁੱਕਿਆ ਹੈ, ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਟਕਰਾਅ ਚੱਲਿਆ ਰਿਹਾ। ਟਕਰਾਅ ਦਾ ਵੱਡਾ ਕਾਰਨ ਇਹੀ ਸੀਗਾ ਕਿ ਜਦੋਂ ਲੋਕ ਸਭਾ ਚੋਣਾਂ ਸੀਗੀਆਂ ਤਾਂ ਬਠਿੰਡੇ ਦੇ ਵਿਚ ਨਵਜੋਤ ਸਿੰਘ ਸਿੱਧੂ ਨੇ ਕੁਛ ਅਜਿਹੀ ਬਿਆਨਬਾਜ਼ੀ ਕੀਤੀ ਸੀ ਜਿਹੜੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਚੰਗੀ ਨਹੀਂ ਲੱਗੀ ਸੀ। ਖਾਸ ਤੌਰ ਤੇ ਉਨ੍ਹਾਂ ਨੇ ਇਹ ਗੱਲ ਕਹੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਪ੍ਰਕਾਸ਼ ਸਿੰਘ ਬਾਦਲ ਆਪਸ ਚ ਮਿਲੇ ਹੋਏ ਨੇ, ਚਾਹੇ ਸਿੱਧੇ ਤੌਰ ਤੇ ਨਹੀਂ ਕਿਹਾ ਸੀ ਪਰ ਅਸਿੱਧੇ ਤੌਰ ਤੇ ਇਸ ਦਾ ਪ੍ਰਭਾਵ ਇਹੀ ਕਿਹਾ ਸੀ। ਉਸ ਤੋਂ ਬਾਅਦ ਇਹ ਘਟਨਾਕ੍ਰਮ ਇਹ ਵਾਪਰਿਆ ਕਿ ਉਨ੍ਹਾਂ ਨੇ ਆਪਣੇ ਕੈਪਟਨ ਅਮਰਿੰਦਰ ਸਿੰਘ ਨੇ ਮੰਤਰਾਲੇ ਬਦਲੇ, ਨਵਜੋਤ ਸਿੰਘ ਸਿੱਧੂ ਦਾ ਮੰਤਰਾਲਾ ਵੀ ਬਦਲਿਆ। ਨਵਜੋਤ ਸਿੰਘ ਸਿੱਧੂ ਉਦੋਂ ਤੋਂ ਨਾਰਾਜ਼ ਚੱਲੇ ਆ ਰਹੇ ਤੇ ਨਾਰਾਜ਼ ਚੱਲੇ ਆ ਰਹੇ ਸੀਗੇ ਤੇ ਉਨ੍ਹਾਂ ਨੇ ਸਿਆਸੀ ਸਰਗਰਮੀਆਂ ਵੀ ਬੰਦ ਕਰੀਆਂ ਸੀ। ਤੇ ਪਿਛਲੇ ਦਿਨ ਜਦੋਂ ਕਿਸਾਨ ਮੁੱਦਿਆਂ ਨੂੰ ਲੈ ਕੇ ਕਾਂਗਰਸ ਸਰਗਰਮ ਹੋਈ ਹੈ, ਕੈਪਟਨ ਅਮਰਿੰਦਰ ਸਿੰਘ ਸਰਗਰਮ ਹੋਏ ਨੇ, ਤਾਂ ਨਾਲ ਨਾਲ ਹਰੀਸ਼ ਰਾਵਤ ਵੀ ਪੰਜਾਬ ਦੇ ਵਿਚ ਆਏ ਨੇ। ਉਹ ਪੰਜਾਬ ਕਿਸਾਨ ਜਿਹੜੇ ਪੰਜਾਬ ਕਾਂਗਰਸ ਦੇ ਇੰਚਾਰਜ ਬਣਾਏ ਗਏ ਨੇ ਤੇ ਹਰੀਸ਼ ਰਾਵਤ ਲਗਾਤਾਰ ਇਹ ਯਤਨ ਕਰ ਰਹੇ ਨੇ ਕਿ ਕੈਪਟਨ ਜਿਹੜਾ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਜਿਹੜੇ ਮਤਭੇਦ ਨੇ ਉਨ੍ਹਾਂ ਨੂੰ ਘੱਟ ਕੀਤਾ ਜਾਵੇ। ਰਾਵਤ ਹੋਰੇ ਕਿਤੇ ਐਵੇਂ ਤਾਂ ਨਹੀਂ ਸੋਚਦੇ ਵੀ ਕਿਤੇ ਜਦੋਂ ਹੁਣ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਬਣ ਜਾਣਾ ਕੈਬਨਿਟ ਦੇ ਵਿਚ ਚੰਗੇ ਚਿਹਰੇ ਘੱਟ ਜਾਣਗੇ, 2000 ਤੋਂ ਪਹਿਲਾਂ ਹੀ ਫਿੱਟ ਕਰ ਲਾਂ? ਦੇਖੋ ਇਹ ਤਾਂ ਆਪਾਂ ਹਾਲੇ ਆਪਾਂ ਕਹਿ ਸਕਦੇ ਹਾਂ ਵੀ ਬਹੁਤ ਆਪਾਂ ਹਸੀਨ ਸੁਪਨੇ ਨੇ, ਕਹਿੰਦੇ ਹੁੰਦੇ ਆ ਮੰਗੇਰੀ ਲਾਲ ਦੇ ਹਸੀਨ ਸੁਪਨੇ, ਤੇ ਹਰੀਸ਼ ਰਾਵਤ ਵੀ ਉਸ ਤਰੀਕੇ ਦੇ ਨਾਲ ਮੰਗੇਰੀ ਲਾਲ ਦੇ ਹਸੀਨ ਸੁਪਨੇ ਦੇਖ ਰਹੇ ਨੇ। ਤੇ ਉਨ੍ਹਾਂ ਨੇ ਇਹ ਗੱਲ ਕਹੀ ਹੈ ਕਿ ਵੀ ਜਦੋਂ ਤੱਕ ਉਹ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਨਹੀਂ ਬਣਾਉਂਦੇ ਉਦੋਂ ਤੱਕ ਮਤਲਬ ਉਦੋਂ ਅਸੀਂ ਉਹ ਸਿਆਸਤ ਤੋਂ ਸੰਨਿਆਸ ਲੈ ਲੈਣਗੇ। ਇਹ ਗੱਲੇ ਦੋਨੇ ਗੱਲਾਂ ਨੇ ਕਿ ਨਾ ਨੌਵਣ ਤੇਲ ਹੋਵੇ ਨਾ ਰਾਧਾ ਨੱਚੇ, ਤੇ ਉਹਦਾ ਗੱਲ ਇਹ ਹੈ ਕਿ ਰਾਹੁਲ ਗਾਂਧੀ ਦੇ ਜਿਹੜੇ ਲੱਛਣ ਨੇ ਖਾਸ ਤੌਰ ਤੇ ਉਨ੍ਹਾਂ ਤੋਂ ਅਜਿਹਾ ਨਹੀਂ ਲੱਗਦਾ ਕਿ ਉਹ ਪ੍ਰਧਾਨ ਮੰਤਰੀ ਬਣ ਸਕਦੇ ਨੇ। ਬਾਕੀ ਇਹ ਹੈ ਵੀ ਸਮਾਂ ਬੜਾ ਸਮਰੱਥ ਹੈ, ਕਈ ਵਾਰ ਬੰਦੇ ਅਜਿਹੇ ਨੇ ਕਿ ਉਹ ਪ੍ਰਧਾਨ ਮੰਤਰੀ ਬਣ ਵੀ ਜਾਂਦੇ ਨੇ। ਉਹਦਾ ਕਾਰਨ ਇਹੀ ਹੈ ਕਿ ਉਨ੍ਹਾਂ ਦੀ ਮਾਤਾ ਜਿਸ ਦੇ ਉੱਤੇ ਕਾਂਗਰਸੀਆਂ ਦਾ ਬਹੁਤ ਜ਼ਿਆਦਾ ਵਿਸ਼ਵਾਸ ਹੈ, ਸੋਨੀਆ ਗਾਂਧੀ ਹਮੇਸ਼ਾ ਹੀ ਚਾਹਦੀ ਆ ਰਹੀ ਹੈ ਕਿ ਕਿਵੇਂ ਨਾ ਕਿਵੇਂ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਵੇ। ਇਹ ਗੱਲ ਤੁਸੀਂ ਆਪਾਂ ਹੀ ਨਹੀਂ ਮਹਿਸੂਸ ਕਰਦੇ, ਦੁਨੀਆਂ ਦੇ ਵੱਡੇ ਵੱਡੇ ਲੀਡਰ ਵੀ ਮਹਿਸੂਸ ਕਰਦੇ ਨੇ। ਜਿਵੇਂ ਕਿ ਪਿਛਲੇ ਦਿਨੀ ਬਰਾਕ ਓਬਾਮਾ ਦੀ ਕਿਤਾਬ ਆਈ, ਉਹਦੇ ਵਿਚ ਵੀ ਇਹ ਗੱਲ ਕਹੀ ਗਈ ਕਿ ਡਾਕਟਰ ਮਨਮੋਹਨ ਸਿੰਘ ਨੂੰ ਇਸ ਗੱਲ ਕਰਕੇ ਪ੍ਰਧਾਨ ਮੰਤਰੀ ਬਣਾਇਆ ਗਿਆ ਕਿਉਂਕਿ ਸੋਨੀਆ ਗਾਂਧੀ ਨੂੰ ਇਹ ਲੱਗਦਾ ਸੀ ਕਿ ਡਾਕਟਰ ਮਨਮੋਹਨ ਸਿੰਘ ਦਾ ਕੋਈ ਸਿਆਸੀ ਬੈਕਗਰਾਉਂਡ ਨਹੀਂ ਹੈਗੇ, ਉਹ ਜਿਹੜਾ ਹੈਗਾ ਰਾਹੁਲ ਗਾਂਧੀ ਵਾਸਤੇ ਕੋਈ ਵੱਡੀ ਚੁਣੌਤੀ ਨਹੀਂ ਬਣ ਸਕਦੀ। ਚਲੋ ਖੈਰ ਗੱਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਹੈਗੇ ਇਸ ਸਮੇਂ ਸਿਆਸਤ ਤੋਂ ਪਾਸੇ ਚੱਲੇ ਆ ਰਹੇ ਸੀਗੇ ਤੇ ਪਿਛਲੇ ਦਿਨ ਜਿਸ ਤਰੀਕੇ ਰਾਹੁਲ ਗਾਂਧੀ ਪੰਜਾਬ ਦੇ ਵਿਚ ਆਏ ਉਨ੍ਹਾਂ ਨੇ ਟਰੈਕਟਰ ਰੈਲੀ ਕੀਤੀ, ਟਰੈਕਟਰ ਰੈਲੀ ਦੌਰਾਨ ਨਵਜੋਤ ਸਿੰਘ ਸਿੱਧੂ ਆ ਕੇ ਇੱਥੇ ਬੋਲੇ ਵੀ ਤੇ ਇਸ ਤੋਂ ਇਲਾਵਾ ਹਰੀਸ਼ ਰਾਵਤ ਨੇ ਇਹ ਗੱਲ ਵੀ ਕਹੀ ਕਿ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਪਿੱਚ ਤੇ ਖੜਨਾ ਚਾਹੀਦਾ ਤੇ ਜਦੋਂ
ਗੇਂਦ ਆਵੇ ਤਾਂ ਮੌਕੇ ਦੇ ਅਨੁਸਾਰ ਉਹਨੂੰ ਚੌਕਾ ਜਾਂ ਛੱਕਾ ਲਗਾਉਣਾ ਚਾਹੀਦਾ ਤੇ ਉਹ ਜੇਕਰ ਪਿੱਚ ਤੇ ਖੜੇ ਰਹਿਣਗੇ ਤਾਂ ਸਕੋਰ ਵੀ ਬਣਨੇ ਸ਼ੁਰੂ ਹੋ ਜਾਣਗੇ ਤੇ ਲਗਦਾ ਪਰ ਉਨ੍ਹਾਂ ਨੂੰ ਕੁਛ ਇੰਤਜ਼ਾਰ ਕਰਨਾ ਪਊਗਾ। ਹੋ ਸਕਦਾ ਕਿ ਉਹ ਇੰਤਜ਼ਾਰ ਦੀ ਘੜੀ ਹੁਣ ਖਤਮ ਹੋ ਜਾਵੇ ਤੇ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਕੱਲ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮਿਲਣੀ ਹੋ ਰਹੀ ਹੈ ਜਿਹੜਾ ਲੰਚ ਕੀਤਾ ਜਾ ਰਿਹਾ ਤੇ ਉਹਦੇ ਵਿਚ ਇਹ ਗੱਲ ਵੀ ਤੈਅ ਹੋ ਜਾਵੇ ਕਿ ਆਉਣ ਵਾਲੇ ਸਮੇਂ ਦੇ ਵਿਚ ਨਵਜੋਤ ਸਿੰਘ ਸਿੱਧੂ ਨੂੰ ਕਿਸ ਤਰੀਕੇ ਦੀ ਜਿੰਮੇਵਾਰੀ ਦਿੱਤੀ ਜਾ ਸਕਦੀ ਹੈ ਤੇ ਲਗਦਾ ਇਹ ਵੀ ਹੈ ਕਿ ਜੋ ਨਵਜੋਤ ਸਿੰਘ ਸਿੱਧੂ ਪਹਿਲਾਂ ਵਾਲਾ ਮੰਤਰਾਲਾ ਚਾਹੁੰਦੇ ਸੀ ਉਹ ਮੰਤਰਾਲਾ ਉਨ੍ਹਾਂ ਨੂੰ ਦੇ ਦਿੱਤਾ ਜਾਵੇ ਤੇ ਬਾਕੀ ਇਹ ਸਮਾਂ ਦੱਸੂਗਾ ਕਿ ਕੈਪਟਨ ਅਮਰਿੰਦਰ ਸਿੰਘ ਇਸ ਸਬੰਧ ਵਿਚ ਕੀ ਫੈਸਲਾ ਲੈਂਦੇ ਨੇ ਤੇ ਇਹਦੇ ਵਿਚ ਇਹ ਗੱਲ ਜ਼ਰੂਰ ਕੜੀ ਪਊਗੀ ਤੇ ਇਸ ਸਾਰੀ ਘਟਨਾਕ੍ਰਮ ਦੇ ਵਿਚ ਹਰੀਸ਼ ਰਾਵਤ ਦਾ ਬਹੁਤ ਵੱਡਾ ਹੱਥ ਹੋ ਸਕਦਾ ਹੈ। ਲੁਧਿਆਣੇ ਦੇ ਵਿਚ ਘਰ ਦੇ ਮੁਖੀ ਨੇ ਪਤਨੀ ਪੁੱਤਰ ਨੂੰਹ ਤੇ ਪੋਤੇ ਦਾ ਕਤਲ ਕਰਤਾ ਜੀ, ਕੀ ਹੋ ਰਿਹਾ? ਕੱਲ ਦੀ ਖਬਰ ਸਾਂਝੀ ਕੀਤੀ, ਮੌਤਾਂ ਉੱਥੇ ਆ ਗਈਆਂ। ਇਹ ਆਪਣੇ ਆਪ ਦੇ ਵਿਚ ਬਹੁਤ ਜ਼ਿਆਦਾ ਆਪਣੇ ਵੱਡੀ ਖਬਰ ਹੈ ਕਿਉਂਕਿ ਅਸੀਂ ਕੱਲ ਵੀ ਇਕ ਖਬਰ ਸਾਂਝੀ ਕੀਤੀ ਸੀ ਜਿਸ ਦੇ ਵਿਚ ਬਠਿੰਡੇ ਚ ਇਕ ਲੜਕੇ ਨੇ ਇਕ ਪਰਿਵਾਰ ਦੇ ਤਿੰਨ ਜੀਆਂ ਨੂੰ ਮਾਰ ਕੇ ਖੁਦਕੁਸ਼ੀ ਕਰ ਲਈ ਸੀ ਤੇ ਇਸ ਤਰੀਕੇ ਦੀ ਇਹ ਇਕ ਵੱਡੀ ਘਟਨਾ ਲੁਧਿਆਣੇ ਚ ਵਾਪਰੀ ਹੈ ਮਯੂਰ ਵਿਹਾਰ ਦੇ ਵਿਚ ਤੇ ਜਿਸ ਤਰੀਕੇ ਦੇ ਨਾਲ ਅਸੀਂ ਉਹਨਾਂ ਦੀ ਕੋਠੀ ਦੇਖ ਰਹੇ ਹਾਂ ਅੰਦਰੋਂ ਸਾਰਾ ਕੁਛ ਦੇਖਦੇ ਹਾਂ ਉਸ ਤੋਂ ਅਜਿਹਾ ਤਾਂ ਨਹੀਂ ਲੱਗਦਾ ਕਿ ਕੋਈ ਆਰਥਿਕ ਕਾਰਨ ਹੋ ਸਕਦਾ ਤੇ ਹੁਣ ਕਹਾਣੀ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਜਿਸ ਵਿਅਕਤੀ ਨੇ ਉਹ ਇਕ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਸੀਗਾ ਕਤਲ ਕੀਤੇ ਨੇ ਉਹ ਆਪਣੀ ਨੂੰਹ ਤੋਂ ਕਾਫੀ ਜ਼ਿਆਦਾ ਤੰਗ ਸੀਗਾ ਆਪਸ ਦੇ ਵਿਚ ਘਰ ਦੇ ਵਿਚ ਕਲੇਸ਼ ਰਹਿੰਦਾ ਸੀਗਾ ਤੇ ਇਸ ਕਲੇਸ਼ ਦੇ ਕਾਰਨ ਜਿਹੜਾ ਹੈਗਾ ਉਸ ਨੇ ਆਪਣੀ ਪਤਨੀ ਆਪਣੇ ਬੇਟੇ ਆਪਣੀ ਨੂੰਹ ਅਤੇ ਆਪਣੇ ਪੋਤੇ ਨੂੰ ਕਤਲ ਕਰਤਾ ਤੇ ਉਥੋਂ ਜਿਹੜਾ ਸੁਸਾਈਡ ਨੋਟ ਮਿਲਿਆ ਸੁਸਾਈਡ ਨੋਟ ਤੋਂ ਇਹ ਗੱਲ ਦਾ ਵੀ ਪਤਾ ਲੱਗਿਆ ਕਿ ਉਸ ਨੇ ਲਿਖਿਆ ਕਿ ਉਹ ਖੁਦ ਵੀ ਖੁਦਕੁਸ਼ੀ ਕਰਨ ਜਾ ਰਿਹਾ ਤੇ ਉਹ ਸਮੇਂ ਜਦੋਂ ਇਹ ਕਤਲ ਕੀਤੇ ਆ ਕਤਲ ਕਰਨ ਤੋਂ ਬਾਅਦ ਉਹ ਗੱਡੀ ਦੇ ਵਿਚ ਸਵਾਰ ਵੀ ਹੋਇਆ ਤੇ ਉਹ ਹਫੜਾ ਦਫੜੀ ਵਿਚ ਉਹ ਗੱਡੀ ਦਾ ਐਕਸੀਡੈਂਟ ਵੀ ਹੋ ਗਿਆ ਤੇ ਫਿਰ ਉਹ ਪੈਦਲ ਫਰਾਰ ਹੋ ਗਿਆ ਤੇ ਇਸ ਹਾਲੇ ਤੱਕ ਉਸ ਵਿਅਕਤੀ ਦਾ ਪਤਾ ਨਹੀਂ ਲੱਗਿਆ ਹੈਗਾ ਤੇ ਇਸ ਮਾਮਲੇ ਦੇ ਵਿਚ ਉਸ ਨੇ ਆਪਣੇ ਜਿਹੜਾ ਕੁੜਮ ਸੀ ਜਿਹੜਾ ਲੜਕੀ ਆਪਣੀ ਨੂੰਹ ਮਾਰੀ ਆ ਉਸ ਨੂੰ ਉਹਨੇ ਫੋਨ ਵੀ ਕੀਤਾ ਪਰ ਉਸ ਦੇ ਨਾਲ ਗੱਲ ਨਹੀਂ ਕੀਤੀ ਉਸ ਤੋਂ ਬਾਅਦ ਉਹਨੇ ਕਈ ਵਾਰ ਉਸੇ ਕੁੜਮ ਨੇ ਉਹਨੂੰ ਫੋਨ ਵੀ ਕੀਤਾ ਪਰ ਉਸ ਨੇ ਕੋਈ ਉਸਦਾ ਜਵਾਬ ਨਹੀਂ ਦਿੱਤਾ ਉਸ ਤੋਂ ਬਾਅਦ ਉਹ ਲੜਕੀ ਦਾ ਪਿਤਾ ਜਦੋਂ ਉਥੇ ਗਿਆ ਤਾਂ ਉਸ ਨੇ ਦੇਖਿਆ ਤੇ ਉਥੇ ਚਾਰੇ ਜਣਿਆਂ ਦਾ ਕਤਲ ਕੀਤਾ ਹੋਇਆ ਸੀਗਾ ਤੇ ਹਜੇ ਤੱਕ ਜਿਸ ਨੇ ਇਹ ਕਤਲ ਕੀਤਾ ਉਸ ਦਾ ਪਤਾ ਨਹੀਂ ਲੱਗਿਆ ਇਹ ਆਪਣੇ ਆਪ ਦੇ ਵਿਚ ਇਕ ਬਹੁਤ ਹੀ ਮੰਦਭਾਗੀ ਖ਼ਬਰ ਹੈ ਪੰਜਾਬ ਦੇ ਵਿਚ ਪਰਿਵਾਰਾਂ ਦੇ ਕਤਲ ਹੋ ਰਹੇ ਨੇ ਇਹ ਬਹੁਤ ਹੀ ਮਾੜੀ ਗੱਲ ਹੈ ਤੇ ਭਾਵੇਂ ਆਪਾਂ ਇਸ ਗੱਲ ਨੂੰ ਉਸ ਗੱਲ ਦੇ ਨਾਲ ਨਹੀਂ ਜੋੜਿਆ ਜਾ ਸਕਦਾ ਕਿ ਇਹ ਕਿਸੇ ਕਾਨੂੰਨ ਵਿਵਸਥਾ ਦੀ ਗੱਲ ਹੈ ਪਰ ਇਹ ਇਸ ਗੱਲ ਦੇ ਨਾਲ ਜੋੜ ਕੇ ਦੇਖਿਆ ਜਾ ਸਕਦਾ ਕਿ ਕਈ ਵਾਰ ਘਰਾਂ ਦੇ ਵਿਚ ਵੱਡੇ ਵੱਡੇ ਕਲੇਸ਼ ਪੈਦਾ ਹੋ ਜਾਂਦੇ ਨੇ ਤੇ ਉਨ੍ਹਾਂ ਤੋਂ ਬਚਣਾ ਚਾਹੀਦਾ ਕਈ ਵਾਰ ਗੁੱਸੇ ਦੇ ਵਿਚ ਆ ਕੇ ਲੋਕ ਅਜਿਹੇ ਕਦਮ ਵੀ ਚੁੱਕ ਲੈਂਦੇ ਨੇ ਜਿਹਾ ਜਾ ਕੇ ਇਸ ਵਿਅਕਤੀ ਨੇ ਚੁੱਕਿਆ ਜਿਹਦੇ ਨਾਲ ਕਿ ਪੂਰੇ ਦਾ ਪੂਰਾ ਪਰਿਵਾਰ ਹੁਣ ਖਤਮ ਹੋ ਚੁੱਕਿਆ ਤੇ ਜੇਕਰ ਉਹ ਵਿਅਕਤੀ ਜਿਸਨੇ ਕਤਲ ਕੀਤੇ ਆ ਜੇ ਉਸਨੇ ਖੁਦਕੁਸ਼ੀ ਨਾ ਕੀਤੀ ਤੇ ਗ੍ਰਿਫ਼ਤਾਰ ਵੀ ਹੋ ਜਾਂਦਾ ਤਾਂ ਉਹ ਲੰਮੇ ਸਮੇਂ ਤੱਕ ਸਾਰੀ ਉਮਰ ਤੱਕ ਉਹ ਜੇਲ੍ਹ ਦੇ ਵਿਚ
ਰਹੂਗਾ ਤੇ ਇਸ ਦੇ ਨਾਲ ਇਸ ਜਿਹੜਾ ਪੂਰਾ ਪਰਿਵਾਰ ਹੈ ਉਹ ਖਤਮ ਹੋ ਗਿਆ ਹੈ ਜੀ। ਆਪਾਂ ਇੱਕ ਬ੍ਰੇਕ ਲਈਏ ਜੀ, ਬ੍ਰੇਕ ਤੋਂ ਬਾਅਦ ਅਗਲੀ ਖਬਰ ਤੇ ਚੱਲਦੇ ਹਾਂ। ਸਤਿ ਸ੍ਰੀ ਅਕਾਲ। ਕੋਵਿਡ-19 ਅਨਲੌਕ ਦੀ ਪ੍ਰਕਿਰਿਆ ਹੁਣ ਪੂਰੇ ਦੇਸ਼ ਚ ਜੀ ਕਰਿਓ ਹੋਲਡ ਬਾਈ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਆਪਾਂ ਹਾਜ਼ਰ ਹਾਂ ਜੀ ਖਬਰਸਾਰ ਦੀ ਸਾਂਝ ਪਾਲ ਗਏ ਤੇ ਦਰਸ਼ਕ ਜੀ ਚੱਲਦੇ ਆਂ ਆਪਾਂ ਕੁਛ ਹੋਰ ਖਬਰਾਂ ਦੇ ਵੱਲ ਤੇ ਵੱਡੀ ਖਬਰ ਹੈ ਜਿਹੜੀ ਉਹ ਵੀ ਸਾਡਾ ਧਿਆਨ ਮੰਗਦੀ ਹੈ। ਹਰ ਖਬਰ ਵੱਡੀ ਨਹੀਂ ਹੁੰਦੀ ਤੇ ਵੱਡੀ ਖਬਰ ਛੋਟੀ ਨਹੀਂ ਹੁੰਦੀ ਜੀ। ਮੈਂ ਇੱਥੇ ਸੀ, ਪੇਜ ਮਾਚ ਗਿਆ ਮੇਰੇ ਕੋਲ ਖਬਰਾਂ ਦਾ। ਉਹ ਖਬਰ ਇਹ ਸੀਗੀ ਕਿ ਹੁਸ਼ਿਆਰਪੁਰ ਦੇ ਵਿਚ ਇੱਕ ਵਕੀਲ ਤੇ ਉਸ ਦੀ ਜਿਹੜੀ ਇੱਕ ਹੋਰ ਵਕੀਲ ਸਾਥੀ ਸੀ ਉਨ੍ਹਾਂ ਦੀ ਜਿਹੜੀ ਹੈ ਐਕਸੀਡੈਂਟ ਦੇ ਵਿਚ ਮੌਤ ਹੋ ਗਈ ਸੀ ਤੇ ਉਨ੍ਹਾਂ ਦੀ ਲਾਸ਼ਾਂ ਸੜੀਆਂ ਹੋਈਆਂ ਮਿਲੀ ਸੀ, ਖਾਸ ਤੌਰ ਤੇ ਦੀਵਾਲੀ ਵਾਲੇ ਦਿਨ। ਤਾਂ ਉਸ ਦਿਨ ਇਹ ਖਬਰ ਆਈ ਸੀ ਕਿ ਜਿਹੜਾ ਵਕੀਲ ਹੈ ਭਗਵੰਤ ਕਿਸ਼ੋਰ ਗੁਪਤਾ, ਉਹ ਹੁਸ਼ਿਆਰਪੁਰ ਦਾ ਨਾਮੀ ਵਕੀਲ ਹੈ, ਭਾਰਤੀ ਜਨਤਾ ਪਾਰਟੀ ਦਾ ਵੱਡਾ ਲੀਡਰ ਹੈ ਤੇ ਉਹ ਆਪਣੀ ਸਹਾਇਕ ਵਕੀਲ ਹੈ ਜੂਨੀਅਰ ਸੀ ਆਰ ਖੁੱਲਰ ਉਹਦੇ ਨਾਲ ਦੱਸਿਆ ਜਾਂਦਾ ਸੀਗਾ ਕਿ ਦਫ਼ਤਰ ਦੇ ਵਿਚ ਗਿਆ ਪੂਜਾ ਕਰਨ ਵਾਸਤੇ ਦੀਵਾਲੀ ਦੀ ਤੇ ਉਸ ਤੋਂ ਬਾਅਦ ਉਨ੍ਹਾਂ ਦਾ ਨਾਲ ਐਕਸੀਡੈਂਟ ਹੋ ਗਿਆ ਤੇ ਐਕਸੀਡੈਂਟ ਦੇ ਵਿਚ ਉਨ੍ਹਾਂ ਦੀ ਮੌਤ ਹੋ ਗਈ ਤੇ ਕਾਰ ਨੂੰ ਅੱਗ ਲੱਗ ਗਈ ਤੇ ਨਾਲ ਨਾਲ ਇਹ ਉਸ ਤੋਂ ਬਾਅਦ ਇਹ ਗੱਲ ਵੀ ਸਾਹਮਣੇ ਆਈ ਸੀਗੀ ਕਿ ਉਨ੍ਹਾਂ ਦੇ ਨਾਲ ਉਸ ਜਿਹੜਾ ਸੀਆ ਖੁੱਲਰ ਸੀ ਉਹਦਾ ਪਤੀ ਵੀ ਨਾਲ ਸੀ ਪਰ ਉਹ ਉਤਰ ਕੇ ਨੋਇਡਾ ਦਿੱਲੀ ਚਲ ਗਿਆ ਸੀ। ਪਰ ਜਿਸ ਤਰੀਕੇ ਦੇ ਹਾਲਾਤ ਸੀਗੇ ਉਸ ਨੂੰ ਦੇਖਦੇ ਹੋਏ ਉਸ ਦੇ ਪੁੱਤਰ ਜਿਹੜਾ ਸੁਮਨਿੰਦਰ ਗੁਪਤਾ ਹੈ ਉਸ ਨੇ ਸ਼ੱਕ ਪ੍ਰਗਟ ਕੀਤਾ ਕਿ ਇਹ ਤੁਹਾਨੂੰ ਮੈਂ ਉਦੋਂ ਹੀ ਦੱਸਤਾ ਸੀਗਾ ਜੀ ਕਿ ਜਾਂਚ ਇਹਦੀ ਹੋਊਗੀ, ਕੁਛ ਨਾ ਕੁਛ ਨਿਕਲੂਗਾ। ਹਾਂਜੀ ਹਾਂ, ਤੁਸੀਂ ਵੀ ਇਹ ਗੱਲ ਕਹੀ ਸੀ ਕਿ ਇਹ ਸ਼ੱਕੀ ਹਾਲਾਤ ਦੇ ਵਿਚ ਇਹ ਲਾਸ਼ਾਂ ਮਿਲੀਆਂ ਨੇ ਤੇ ਉਸ ਨੇ ਸ਼ੱਕ ਜ਼ਾਹਿਰ ਕੀਤਾ ਕਿ ਇਹ ਜੋ ਕੁਛ ਵੀ ਹੋਇਆ ਇਹ ਕੋਈ ਸਧਾਰਨ ਘਟਨਾ ਨਹੀਂ, ਇਕ ਅਸਧਾਰਨ ਘਟਨਾ। ਤੇ ਹੁਣ ਇਹ ਪੁਲਿਸ ਨੇ ਜਦੋਂ ਜਾਂਚ ਕੀਤੀ ਹੈ ਤੇ ਜਾਂਚ ਤੋਂ ਬਾਅਦ ਇਹ ਪਤਾ ਲੱਗਿਆ ਕਿ ਇਕ ਪਹਿਲੀ ਗੱਲ ਤਾਂ ਇਹ ਹੈ ਕਿ ਕਾਰ ਕਿਸੇ ਦਰਖਤ ਦੇ ਨਾਲ ਟਕਰਾਈ ਹੈ ਤੇ ਇਹ ਸੜਕ ਤੇ ਦੂਜੇ ਪਾਸੇ ਖੜੀ ਸੀ ਤੇ ਜਿਹੜਾ ਹੈਗਾ ਸੜਕ ਦੇ ਦੂਜੇ ਪਾਸੇ ਖੜਨ ਦਾ ਮਤਲਬ ਇਹੀ ਸੀਗਾ ਕਿ ਪੁੱਠੇ ਪਾਸੇ ਖੜਨ ਦਾ ਮਤਲਬ ਇਹੀ ਹੈ ਕਿ ਕੁਛ ਸ਼ੱਕੀ ਹੈ। ਤੇ ਇਹਦੇ ਨਾਲ ਨਾਲ ਜਦੋਂ ਹੁਣ ਜਾਂਚ ਕੀਤੀ ਗਈ ਤੇ ਜਾਂਚ ਤੋਂ ਇਹ ਗੱਲ ਪਤਾ ਲੱਗੀ ਕਿ ਜਿਹੜੀ ਸੀਆ ਖੁੱਲਰ ਸੀ ਉਹ ਪਹਿਲਾਂ ਕਿਸੇ ਹੋਰ ਵਿਅਕਤੀ ਨਾਲ ਵਿਆਹੀ ਹੋਈ ਸੀ ਤੇ ਉਸ ਤੋਂ ਬਾਅਦ ਉਸ ਨੇ ਜਿਹੜਾ ਆਸ਼ੀਸ਼ ਖੁਸ਼ਵਾਹਾ ਇਹਦੇ ਨਾਲ ਵਿਆਹ ਕਰਾਇਆ ਸੀਗਾ ਤੇ ਇਸ ਦੇ ਨਾਲ ਵੀ ਉਸ ਦੇ ਜਿਹੜਾ ਹੈਗਾ ਤਕਰਾਰ ਚੱਲਦਾ ਆ ਰਿਹਾ ਸੀਗਾ ਤੇ ਗੱਲ ਜਿਹੜਾ ਹੈਗਾ ਤਲਾਕ ਤੱਕ ਪਹੁੰਚ ਗਈ ਸੀ। ਇਸ ਸਬੰਧ ਵਿਚ ਜਿਹੜਾ ਐਡਵੋਕੇਟ ਗੁਪਤਾ ਤੇ ਇਹ ਲੜਕੀ ਸੀਗੀ ਖੁੱਲਰ ਉਨ੍ਹਾਂ ਦੋਨਾਂ ਦਾ ਉਸ ਦੇ ਪਤੀ ਦੇ ਨਾਲ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਸਿਰੇ ਨਹੀਂ ਚੜੀ ਹੈਗੀ ਤੇ ਆਖਿਰਕਾਰ ਉਹ ਜਿਹੜਾ
ਆਸ਼ੀਸ਼ ਖੁਸ਼ਵਾਹਾ, ਉਸ ਨੇ ਇਹਨਾਂ ਦੋਨਾਂ ਨੂੰ ਆਪਣੇ ਜਿਹੜਾ ਹੈ ਮਕਾਨ ਦੇ ਵਿਚ ਬੁਲਾਇਆ ਤੇ ਦੱਸਿਆ ਜਾਂਦਾ ਹੈ ਕਿ ਉਸ ਸਮੇਂ ਜਿਹੜਾ ਗੁਪਤਾ ਤੇ ਆਪਣੀ ਪਤਨੀ ਨੂੰ ਨਸ਼ੀਲਾ ਪਦਾਰਥ ਦਿੱਤੇ ਤੇ ਉਸ ਤੋਂ ਬਾਅਦ ਉਨ੍ਹਾਂ ਦਾ ਕਤਲ ਕਰਤਾ। ਕਤਲ ਕਰਕੇ ਉਨ੍ਹਾਂ ਦੀ ਲਾਸ਼ਾਂ ਗੱਡੀ ਦੇ ਵਿਚ ਪਾ ਦਿੱਤੀ, ਗੱਡੀ ਦੇ ਵਿਚ ਪਾ ਕੇ ਉਨ੍ਹਾਂ ਨੂੰ ਅੱਗ ਲਗਾ ਦਿੱਤੀ ਗਈ ਤੇ ਇਸ ਸਬੰਧ ਵਿਚ ਇਕ ਗ੍ਰਿਫ਼ਤਾਰੀ ਵੀ ਹੋ ਚੁੱਕੀ ਹੈ ਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪਰ ਹਾਲੇ ਖੁਸ਼ਵਾਹਾ ਜਿਹੜਾ ਹੈ ਫਰਾਰ ਹੈ ਤੇ ਹੋਰ ਵੀ ਦੋ ਤਿੰਨ ਬੰਦੇ ਇਸ ਘਟਨਾਕ੍ਰਮ ਦੇ ਵਿਚ ਸ਼ਾਮਲ ਨੇ। ਇਹ ਇਕ ਵੱਡੀ ਸਾਜ਼ਿਸ਼ ਸੀਗੀ ਤੇ ਇਸ ਸਾਜ਼ਿਸ਼ ਦੇ ਵਿਚ ਇਕ ਨਾਮੀ ਵਕੀਲ ਵੀ ਮਾਰਿਆ ਗਿਆ ਤੇ ਉਸਦੀ ਜਿਹੜੀ ਸਹਾਇਕ ਜੂਨੀਅਰ ਵਕੀਲ ਸੀ ਉਹ ਵੀ ਮਾਰੀ ਗਈ। ਜੀ ਇਹ ਸੱਚੀ ਗੱਲ ਹੈ, ਕਿੰਨੀ ਹੋ ਸਕਦੀ ਹੈ ਸਾਜ਼ਿਸ਼, ਕੀ ਸੱਚ ਹੈ ਇਹ ਤਾਂ ਗੱਲ ਅੱਡ ਹੈ, ਪਰ ਤੱਥ ਉਸੇ ਚ ਨਹੀਂ ਲੱਗਦੇ ਸੀਗੇ। ਦੇਖੋ ਹਾਂ, ਇਸ ਤਰੀਕੇ ਦੇ ਨਾਲ ਅਸੀਂ ਅੱਜ ਹੁਣ ਆਪਾਂ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿਚ ਪਰਿਵਾਰਾਂ ਦੇ ਪਰਿਵਾਰਾਂ ਦੀ ਜਿਹੜੀ ਗੱਲ ਵੀ ਚੱਲ ਰਹੀ ਸੀ ਤੇ ਉਸੇ ਤਰੀਕੇ ਦੇ ਨਾਲ ਇਹ ਵੀ ਇਕ ਸ਼ੱਕ ਦੇ ਵਿਚ ਆਪਸੀ ਦੱਸਿਆ ਇਹ ਜਾਂਦਾ ਹੈ ਕਿ ਇਹ ਜਿਹੜਾ ਖੁਸ਼ਵਾਹਾ ਸੀਗਾ ਇਹ ਗੁਪਤਾ ਤੇ ਜਿਹੜੀ ਸੀਆ ਖੁਰਦ ਦੇ ਵਿਚ ਵੀ ਸ਼ੱਕ ਦੀ ਨਿਗਾਹ ਨਾਲ ਦੇਖਦਾ ਸੀ, ਤਾਂ ਹੀ ਉਹ ਨਹੀਂ ਚਾਹੁੰਦਾ ਸੀਗਾ ਕਿ ਉਹ ਉਸ ਦੀ ਪਤਨੀ ਜਿਹੜਾ ਗੁਪਤੇ ਦੇ ਨਾਲ ਕੰਮ ਕਰੇ ਤੇ ਉਸ ਨੇ ਇਹ ਕਦਮ ਚੁੱਕਿਆ। ਤੇ ਇਹ ਜਿਹੜਾ ਹੈ ਪੰਜਾਬ ਦੇ ਵਿਚ ਜੋ ਰੁਝਾਨ ਚੱਲ ਪਿਆ, ਸਾਜ਼ਿਸ਼ਾਂ ਦਾ ਚੱਲ ਪਿਆ ਜਾਂ ਕਤਲ ਕਰਨ ਦਾ ਚੱਲ ਰਿਹਾ, ਇਹ ਇਕ ਬਹੁਤ ਹੀ ਮੰਦਭਾਗਾ ਕਿਹਾ ਜਾਂਦਾ ਹੈ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਸਾਡੇ ਸਮਾਜ ਦੇ ਵਿਚ ਲੋਕਾਂ ਦੀ ਸੋਚ ਕਿਸ ਪਾਸੇ ਵੱਲ ਜਾਣ ਲੱਗ ਪਈ ਹੈ। ਤੇ ਜਿਵੇਂ ਤੁਹਾਡੇ ਬਠਿੰਡੇ ਦੇ ਵਿਚ ਇਕ ਵਿਅਕਤੀ ਸੀ, ਉਹ ਆਰਥਿਕ ਕਾਰਨ ਕਰਕੇ ਉਸ ਨੇ ਆਪਣੇ ਪੂਰੇ ਦੇ ਪੂਰੇ ਪਰਿਵਾਰ ਨੂੰ ਮਾਰਤਾ। ਲੁਧਿਆਣੇ ਦੇ ਵਿਚ ਆਪਾਂ ਅੱਜ ਗੱਲ ਕੀਤੀ ਹੈ, ਉਹਦੇ ਵਿਚ ਆਰਥਿਕ ਕਲੇਸ਼ ਕਰਕੇ ਪੂਰੇ ਪਰਿਵਾਰ ਨੂੰ ਮਾਰਦਾ। ਕੱਲ ਬਠਿੰਡੇ ਦੇ ਵਿਚ ਜਿਹੜੀ ਘਟਨਾ ਵਾਪਰੀ ਹੈ ਉਹਦੇ ਵਿਚ ਲਵ ਐਂਗਲ ਸਾਹਮਣੇ ਆ ਚੁੱਕਾ ਤੇ ਇਸ ਤਰ੍ਹਾਂ ਦੀ ਕਈ ਘਟਨਾ ਵਾਪਰੀਆਂ ਨੇ ਤੇ ਇਹਦੇ ਵਿਚ ਵੀ ਜਿਹੜਾ ਆਪਸੀ ਜਿਹੜਾ ਹੈਗਾ ਆਪਸੀ ਨਜਾਇਜ਼ ਰਿਸ਼ਤਿਆਂ ਦਾ ਐਂਗਲ ਵੀ ਸਾਹਮਣੇ ਆ ਰਿਹਾ ਹੈ। ਜੀ ਇਹ ਵੀ ਅਜੇ ਐਂਗਲ ਕਈ ਨੇ। ਭਾਰਤ ਸਰਕਾਰ ਨੇ ਚਾਈਨਾ ਦੀਆਂ ਕੁਝ ਐਪਸ ਬੈਨ ਕਰਤੀਆਂ ਜੀ, ਤੇ ਪਤਾ ਲੱਗਿਆ ਕਿ ਹੁਣ ਤੱਕ ਤਾਂ ਭਾਰਤੀ ਫੌਜ ਦੀ ਯੂਨੀਫਾਰਮ ਵੀ ਉਧਰੋਂ ਆਉਂਦੀ ਰਹੀ ਹੈ, ਇਸ ਵਾਰ ਉਹ ਵੀ ਕਹਿੰਦੇ ਹੁਣ ਹੋਮ ਮੇਡ ਚੱਲੂਗੀ। ਦੇਖੋ ਗੱਲ ਇਹ ਹੈ ਕਿ ਪਿਛਲੇ ਸਮੇਂ ਦੌਰਾਨ ਜਦੋਂ ਤੋਂ ਸਾਡਾ ਚੀਨ ਦੇ ਨਾਲ ਤਣਾਅ ਚੱਲ ਰਿਹਾ ਤੇ ਚੀਨ ਦੇ ਨਾਲ ਤਣਾਅ ਚੱਲਣ ਦੇ ਕਾਰਨ ਜਦੋਂ ਸਾਡੇ 20 ਜਵਾਨ ਸ਼ਹੀਦ ਹੋਏ ਸੀਗੇ ਤਾਂ ਭਾਰਤੀ ਲੋਕਾਂ ਦੇ ਵਿਚ ਬਹੁਤ ਜ਼ਿਆਦਾ ਗੁੱਸਾ ਸੀ, ਤਾਂ ਉਸ ਗੁੱਸੇ ਨੂੰ ਸ਼ਾਂਤ ਕਰਨ ਵਾਸਤੇ ਭਾਰਤ ਸਰਕਾਰ ਨੇ ਉਸ ਸਮੇਂ ਵੀ ਚੀਨ ਦੀਆਂ ਕਈ ਐਪਸ ਨੂੰ ਜਿਹੜਾ ਹੈਗਾ ਬੈਨ ਕਰਤਾ ਸੀਗਾ ਤੇ 148 ਦਿਨਾਂ ਦੇ ਵਿਚ ਹੁਣ ਤੱਕ ਜਿਹੜੀ ਹੈਗੇ ਆ 267 ਐਪਸ ਜਿਹੜੀ ਹੈਗੇ ਬੈਨ ਕਰ ਦਿੱਤੇ ਗਏ ਨੇ। ਉਨ੍ਹਾਂ ਦੇ ਵਿਚ ਮਸ਼ਹੂਰ ਐਪ ਟਿਕਟੋਕ ਤੇ ਪਬਜੀ ਵੀ ਸ਼ਾਮਲ ਹੈ ਤੇ ਇਸ ਤੋਂ ਪਹਿਲਾਂ 29 ਜੂਨ ਨੂੰ ਟਿਕਟੋਕ ਸਣੇ 69 ਐਪਸ ਜਿਹੜੀ ਚੀਨੀ ਐਪਸ ਬੈਨ ਕਰੀਆਂ ਸੀ ਤੇ ਉਸ ਤੋਂ ਬਾਅਦ 27 ਜੁਲਾਈ ਨੂੰ 47 ਐਪਸ ਬੈਨ ਕੀਤੀਆਂ ਤੇ 2 ਸਤੰਬਰ ਨੂੰ ਪਬਜੀ ਸਣੇ 118 ਐਪਸ ਬੈਨ ਕਰਤੀਆਂ ਸੀ ਤੇ ਹੁਣ 24 ਜਿਹੜੇ ਅੱਜ ਦੀ ਦਿਹਾੜੀ ਦੇ ਵਿਚ 24 ਤਰੀਕ ਨੂੰ ਸਨੈਕ ਵੀਡੀਓ ਸਣੇ 43 ਐਪਸ ਬੰਦ ਕਰ ਦਿੱਤੀਆਂ ਨੇ ਤੇ ਸਰਕਾਰ ਨੇ ਇਹ ਗੱਲ ਕਹੀ ਹੈ ਕਿ ਇਨ੍ਹਾਂ ਐਪਸ ਦੀ ਜਿਹੜੀ ਸਰਗਰਮੀਆਂ ਸੀਗੀਆਂ ਉਸ ਕਾਰਨ ਦੇਸ਼ ਦੀ ਏਕਤਾ ਤੇ ਅਖੰਡਤਾ ਤੇ ਖਾਲਸਾ ਤੇ ਸੁਰੱਖਿਆ ਖਤਰੇ ਵਿਚ ਸੀ।
ਤੇ ਗੱਲ ਇਹ ਹੈ ਕਿ ਇਸ ਸਮੇਂ ਕੇਂਦਰ ਸਰਕਾਰ ਇਹ ਜਿਹੜੀ ਐਪਸ ਨੇ ਲਗਾਤਾਰ ਬੰਦ ਕਰਦੀ ਆ ਰਹੀ ਹੈ ਤੇ ਪਰ ਕੁਛ ਐਪਸ ਦੇ ਉੱਤੇ ਸੱਚਮੁੱਚ ਹੀ ਕਿਹਾ ਜਾ ਸਕਦਾ ਕਿ ਉਹ ਸ਼ੱਕੀ ਸੀਗਾ ਤੇ ਖਾਸ ਤੌਰ ਤੇ ਅਮਰੀਕਾ ਵੱਲੋਂ ਖਾਸ ਤੌਰ ਚੀਨ ਵੱਲੋਂ ਡਾਟਾ ਵੀ ਚੋਰੀ ਕਰਨ ਦੀ ਗੱਲਾਂ ਸਾਹਮਣੇ ਆਈਆਂ ਨੇ। ਇਹਦਾ ਕਾਰਨ ਇਹ ਹੈ ਕਿ ਅਮਰੀਕਾ ਵਰਗੇ ਮੁਲਕ ਨੇ ਵੀ ਕੁਛ ਐਪਸ ਜਿਹੜੀ ਹੈਗੀਆਂ ਬੈਨ ਕੀਤੀਆਂ ਨੇ ਤੇ ਇਹਦੇ ਨਾਲ ਚੀਨ ਦੇ ਜਿਹੜਾ ਹੈਗਾ ਆਰਥਿਕ ਤੌਰ ਤੇ ਇਨ੍ਹਾਂ ਕੰਪਨੀਆਂ ਨੂੰ ਨੁਕਸਾਨ ਵੀ ਹੋਇਆ ਪਰ ਇਹਦੇ ਨਾਲ ਨਾਲ ਇਹ ਵੀ ਹੈ ਕਿ ਆਈ ਟੀ ਦੇ ਖੇਤਰ ਦੇ ਵਿਚ ਭਾਰਤ ਕਾਫ਼ੀ ਅੱਗੇ ਹੈ ਤੇ ਸਾਡੇ ਲੋਕਾਂ ਨੂੰ ਵੀ ਖੁਦ ਐਪਸ ਤਿਆਰ ਕਰਨੀ ਚਾਹੀਦੀਆਂ ਨੇ। ਜਿਸ ਤਰੀਕੇ ਨਾਲ ਟਿਕਟੋਕ ਸੀ, ਟਿਕਟੋਕ ਇਕ ਬਹੁਤ ਐਂਟਰਟੇਨਮੈਂਟ ਦਾ ਇਕ ਵਧੀਆ ਜ਼ਰੀਆ ਸੀ ਤੇ ਜਦੋਂ ਲਾਕਡਾਊਨ ਸੀਗਾ ਤਾਂ ਬਹੁਤ ਸਾਰੇ ਲੋਕ ਟਿਕਟੋਕ ਨੂੰ ਅਪਣਾ ਕੇ ਹੀਰੋ ਤੱਕ ਬਣ ਗਏ ਸੀ ਤੇ ਲੋਕਾਂ ਦੇ ਵਿਚ ਬਹੁਤ ਲੋਕਪ੍ਰਿਯ ਹੋ ਗਏ ਸੀ ਤੇ ਸਰਕਾਰ ਨੂੰ ਚਾਹੀਦਾ ਕਿ ਬੇਸ਼ੱਕ ਉਹ ਇਨ੍ਹਾਂ ਐਪਸ ਨੂੰ ਬੰਦ ਕਰੇ ਪਰ ਇਹਦੇ ਨਾਲ ਨਾਲ ਕੋਈ ਆਪਸ਼ਨ ਵੀ ਆਉਣੀ ਚਾਹੀਦੀ ਹੈ। ਅੱਜ ਕੱਲ ਜਿਹੜਾ ਯੁੱਗ ਹੈ ਉਹ ਐਂਡਰਾਇਡ ਫੋਨਾਂ ਦਾ ਜਿਹੜੀਆਂ ਕਿ ਐਪਸ ਦੇ ਸਹਾਰੇ ਹੀ ਚੱਲਦੇ ਹੈ। ਜੇਕਰ ਸਰਕਾਰ ਜਿਹੜੇ ਇਨ੍ਹਾਂ ਐਪਸ ਨੂੰ ਲਗਾਤਾਰ ਬੰਦ ਕਰਦੀ ਚਲੂ ਜਾਊਗੀ ਤਾਂ ਇਹਦੇ ਨਾਲ ਇਹ ਵੀ ਹੈ ਕਿ ਲੋਕਾਂ ਦੇ ਵਿਚ ਜਿਹੜੀ ਇਸ ਸਮੇਂ ਇੰਟਰਨੈਟ ਤੋਂ ਆਪਾਂ ਜਾਣਕਾਰੀ ਹਾਸਲ ਕਰਨੀ ਆ ਬਹੁਤ ਸਾਰਾ ਕੁਛ ਹੈ ਇਸ ਇੰਟਰਨੈਟ ਤੋਂ ਮਿਲਦਾ ਤੇ ਉਹ ਵੀ ਖਤਮ ਹੋਜੂਗਾ। ਪਰ ਇਹ ਹੈ ਚਲੋ ਖੈਰ ਰਿਹਾ ਕਿ ਜਿਵੇਂ ਸਰਕਾਰ ਇਹ ਸਹੀ ਸਮਝਦੀ ਹੈ ਕਿ ਇਹਦੇ ਨਾਲ ਸਾਡੀ ਦੇਸ਼ ਦੀ ਸੁਰੱਖਿਆ ਅਖੰਡਤਾ ਮਤਲਬ ਖਤਰੇ ਦੇ ਵਿਚ ਪੈਂਦੀ ਹੈ ਪਰ ਇਹਦੇ ਨਾਲ ਨਾਲ ਲੋਕਾਂ ਦੇ ਵਿਚ ਇਹ ਗੱਲ ਵੀ ਜਾਂਦੀ ਹੈ ਕਿ ਸਰਕਾਰ ਇਸ ਗੱਲ ਕਰਕੇ ਵੀ ਇਨ੍ਹਾਂ ਐਪਸ ਨੂੰ ਬੰਦ ਕਰ ਰਹੀ ਹੈ ਕਿਉਂਕਿ ਉਹ ਚੀਨ ਸਰਕਾਰ ਨੂੰ ਜਾਂ ਚੀਨੀ ਕੰਪਨੀਆਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੀ ਹੈ ਕਿਉਂਕਿ ਇਸ ਸਮੇਂ ਭਾਰਤ ਤੇ ਚੀਨ ਦੇ ਵਿਚਾਲੇ ਜਿਹੜੇ ਸਬੰਧ ਨੇ ਉਹ ਚੰਗੇ ਨਹੀਂ ਚੱਲ ਰਹੇ ਜੀ। ਬਿਹਾਰ ਚੋਣਾਂ ਦਾ ਇਕ ਸਾਈਡ ਇਫੈਕਟ ਹੋਰ ਹੋ ਗਿਆ ਕਿ ਚਿਰਾਗ ਪਾਸਵਾਨ ਦੀ ਮਾਂ ਨਹੀਂ ਜਾ ਸਕਦੀ ਹੁਣ ਰਾਜ ਸਭਾ ਦੇ ਵਿਚ। ਰਾਜ ਸਭਾ ਚ ਨਹੀਂ ਗਈ ਜੀ ਫਿਰ ਤਾਂ ਉੱਥੋਂ ਵਾਲਾ ਬੰਗਲਾ ਵੀ ਛੱਡਣਾ ਪਊ ਇਨ੍ਹਾਂ ਨੂੰ ਤੇ ਬੜਾ ਕੁਛ ਹੋਊਗਾ। ਇਕ ਉਰਦੂ ਦਾ ਸ਼ੇਅਰ ਹੈ ਨਾ ਖੁਦਾ ਹੀ ਮਿਲਾ ਨਾ ਵਿਸਾਲੇ ਸਨਮ ਨਾ ਇਸਰ ਕੇ ਰਹੇ ਨਾ ਉਸਰ ਕੇ ਰਹੇ। ਇਹ ਸ਼ੇਅਰ ਚਿਰਾਗ ਪਾਸਵਾਨ ਦੇ ਉੱਤੇ ਪੂਰੀ ਤਰੀਕੇ ਦੇ ਨਾਲ ਖਰਾ ਉਤਰਦਾ। ਉਹਦਾ ਕਾਰਨ ਇਹ ਹੈ ਕਿ ਚਿਰਾਗ ਪਾਸਵਾਨ ਨੇ ਜਿਹੜੀ ਆਪਣੀ ਲੋਕ ਜਨ ਸ਼ਕਤੀ ਪਾਰਟੀ ਹੈ ਉਸ ਨੂੰ ਚੋਣ ਮੈਦਾਨ ਦੇ ਵਿਚ ਇਕੱਲਿਆਂ ਇਸ ਗੱਲ ਕਰਕੇ ਉਤਾਰਿਆ ਸੀ ਕਿ ਉਸ ਨੂੰ ਆਸ ਸੀ ਕਿ ਉਹ ਪਾਰਟੀ ਬਹੁਤ ਵਧੀਆ ਪਰਫਾਰਮੈਂਸ ਕਰ ਸਕਦੀ ਹੈ ਤੇ ਉਹ ਕਿੰਗਰ ਮੇਕਰ ਦੀ ਭੂਮਿਕਾ ਨਿਭਾ ਸਕਦੇ ਹੈ ਤੇ ਹੋਇਆ ਬਿਲਕੁਲ ਉਲਟ। ਇਹਦੇ ਵਿਚ ਦੇਖਣ ਚ ਇਹ ਆਇਆ ਕਿ ਤੇਜਸਵੀ ਯਾਦਵ ਦੀ ਪਾਰਟੀ ਨੇ ਵਧੀਆ ਕਾਰਗੁਜ਼ਾਰੀ ਦਿਖਾਈ। ਦੂਜੇ ਪਾਸੇ ਜਿਹੜਾ ਨਿਤੀਸ਼ ਕੁਮਾਰ ਦੀ ਪਾਰਟੀ ਹੈ ਜਨਤਾ ਦਲ ਯੂ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਹੈ ਨੇ ਉਹਨੇ ਵਧੀਆ ਕਾਰਗੁਜ਼ਾਰੀ ਇਸ ਤੋਂ ਉਨ੍ਹਾਂ ਤੋਂ ਵੀ ਜ਼ਿਆਦਾ ਵਧੀਆ ਕਾਰਗੁਜ਼ਾਰੀ ਦਿਖਾਈ ਤੇ ਤਾਂ ਹੀ ਨਿਤੀਸ਼ ਕੁਮਾਰ ਦੁਆਰਾ ਮੁੱਖ ਮੰਤਰੀ ਬਣੇ। ਤੇ ਚਿਰਾਗ ਪਾਸਵਾਨ ਨੇ ਜਦੋਂ ਚੋਣਾਂ ਲੜੀਆਂ ਸੀ ਤਾਂ ਉਹ ਨਿਤੀਸ਼ ਕੁਮਾਰ ਦੇ ਖਿਲਾਫ਼ ਤਾਂ ਜਾਂਦਾ ਸੀ ਪਰ ਨਾਲ ਨਾਲ ਭਾਰਤੀ ਜਨਤਾ ਪਾਰਟੀ ਦੇ ਖਿਲਾਫ਼ ਉਸਨੇ ਬਿਲਕੁਲ ਗੱਲ ਨਹੀਂ ਕੀਤੀ ਹੈਗੀ ਤੇ ਚੋਣਾਂ ਦੇ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਖਿਲਾਫ਼ ਆਪਣੇ ਕੈਂਡੀਡੇਟ ਵੀ ਨਹੀਂ ਖੜੇ ਕੀਤੇ। ਤੇ ਜਿਹੜੇ ਆਪਣਾ ਰਾਮ ਵਿਲਾਸ ਪਾਸਵਾਨ ਨੇ ਜਿਨ੍ਹਾਂ ਦੀ ਪਿਛਲੇ ਸਮੇਂ ਦੌਰਾਨ ਮੌਤ ਹੋ ਗਈ ਉਹ ਰਾਜਸਭਾ ਦੇ ਮੈਂਬਰ ਵੀ ਸੀ ਤੇ ਕੇਂਦਰ ਦੇ ਵਿਚ ਵੀ ਮੰਤਰੀ ਸੀਗੇ। ਹੁਣ ਚਿਰਾਗ ਪਾਸਵਾਨ ਆਪਣੀ ਮਾਤਾ ਨੂੰ ਚਾਹੁੰਦਾ ਹੈ ਕਿ ਕਿਵੇਂ ਨਾ ਕਿਵੇਂ ਉਹ ਰਾਜਸਭਾ ਦੇ ਵਿਚ ਚਲੇ ਜਾਣ। ਰੀਨਾ ਪਾਸਵਾਨ
ਪਰ ਹਾਲਾਤ ਹੁਣ ਇਸ ਤਰੀਕੇ ਨਾਲ ਬਣੇ ਹੋਏ ਨੇ ਕਿ ਨਿਤੀਸ਼ ਕੁਮਾਰ ਤਾਂ ਕਿਸੇ ਵੀ ਹੱਦ ਮਤਲਬ ਕਿਸੇ ਵੀ ਹੱਦ ਵਿਚ ਇਹ ਨਹੀਂ ਚਾਹੂਗਾ ਕਿ ਚਿਰਾਗ ਪਾਸਵਾਨ ਦਾ ਜਾਂ ਉਨ੍ਹਾਂ ਦੇ ਪਰਿਵਾਰ ਦੇ ਵਿਚ ਕੋਈ ਰਾਜਸਭਾ ਦਾ ਮੈਂਬਰ ਬਣੇ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਜਿਹੜੀ ਜਿਸਦੀ ਕਿ ਨਿਤੀਸ਼ ਕੁਮਾਰ ਦੇ ਨਾਲ ਚੰਗੀ ਜਾਰੀ ਹੈ ਇਸ ਸਮੇਂ ਤੇ ਉਹ ਵੀ ਨਹੀਂ ਚਾਹੂਗੀ ਕਿ ਉਹ ਚਿਰਾਗ ਪਾਸਵਾਨ ਦੇ ਪ੍ਰਤੀ ਕੋਈ ਨਰਮ ਵਤੀਰਾ ਅਪਣਾਏ ਤੇ ਨਿਤੀਸ਼ ਕੁਮਾਰ ਨੂੰ ਨਾਰਾਜ਼ ਕਰੇ ਤੇ ਹਾਰਦਿਕ ਲਈ ਲੱਗਦਾ ਇਹੀ ਹੈ ਕਿ ਉਸਦੀ ਮਾਤਾ ਜਿਹੜੀ ਚਿਰਾਗ ਪਾਸਵਾਨ ਦੀ ਹੈ ਉਹ ਰਾਜਸਭਾ ਦੀ ਮੈਂਬਰ ਨਹੀਂ ਬਣ ਸਕੂਗੀ ਤੇ ਇਹਦੇ ਨਾਲ ਨਾਲ ਲੱਗਦਾ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿਚ ਜਿਹੜਾ ਕੌਮੀ ਜਮਹੂਰੀ ਗਠਜੋੜ ਦੇ ਨਾਲ ਚਿਰਾਗ ਪਾਸਵਾਨ ਦਾ ਗਠਜੋੜ ਆ ਉਹ ਵੀ ਖਤਮ ਹੋ ਜੂਗਾ ਕਿਉਂਕਿ ਇਸ ਸਮੇਂ ਜਿਹੜਾ ਹੈਗਾ ਉਥੇ ਜਿਹੜਾ ਹੈਗਾ ਖਾਸ ਤੌਰ ਤੇ ਚਿਰਾਗ ਪਾਸਵਾਨ ਕਿਸੇ ਵੀ ਉਹਦੇ ਚ ਨਹੀਂ ਰਹਿ ਗਿਆ ਹੈਗਾ ਜਿਹੜਾ ਕਿ ਕੇਂਦਰ ਦੇ ਨਾਲ ਜਿਹੜਾ ਹੈਗਾ ਕੌਮੀ ਜਮਹੂਰੀ ਗਠਜੋੜ ਦਾ ਹਿੱਸਾ ਬਣ ਸਕੇ ਕਿਉਂਕਿ ਉਹਦਾ ਕਾਰਨ ਇਹ ਵੀ ਹੈ ਕਿ ਜੇਕਰ ਚਿਰਾਗ ਪਾਸਵਾਨ ਕੌਮੀ ਜਮਹੂਰੀ ਗਠਜੋੜ ਦਾ ਹਿੱਸਾ ਰਹਿੰਦਾ ਤਾਂ ਨਿਤੀਸ਼ ਕੁਮਾਰ ਵੱਲੋਂ ਉਸ ਦਾ ਵਿਰੋਧ ਕੀਤਾ ਜਾਊਗਾ ਕਿਉਂਕਿ ਨਿਤੀਸ਼ ਕੁਮਾਰ ਨੂੰ ਨੁਕਸਾਨ ਪਹੁੰਚਾਉਣ ਦੇ ਵਿਚ ਚਿਰਾਗ ਪਾਸਵਾਨ ਦੀ ਅਹਿਮ ਭੂਮਿਕਾ ਰਹੀ ਹੈ ਤੇ ਆਉਣ ਵਾਲੇ ਸ਼ਬਦ ਥੋੜੇ ਜਿਹੇ ਗਲਤ ਕਰ ਗਏ ਤੁਸੀਂ ਨਿਤੀਸ਼ ਕੁਮਾਰ ਨੂੰ ਨੁਕਸਾਨ ਪਹੁੰਚਾਉਣ ਦੇ ਵਿਚ ਚਿਰਾਗ ਪਾਸਵਾਨ ਨੂੰ ਅਹਿਮ ਹੱਲਾਸ਼ੇਰੀ ਰਹੀ ਆ ਤੁਹਾਡੀ ਵੀ ਗੱਲ ਸਹੀ ਹੈ ਪਰ ਇਹ ਹੈ ਵੀ ਕਿ ਹੁਣ ਹਾਲਾਤ ਆ ਇਸ ਤਰ੍ਹਾਂ ਇਹਦੇ ਵਿਚ ਇਹ ਵੀ ਹੈ ਕਿ ਭਾਰਤੀ ਜਨਤਾ ਪਾਰਟੀ ਕਿਸੇ ਦੀ ਵੀ ਜਿਹੜੀ ਆਪਾਂ ਮਿੱਤਰ ਪਾਰਟੀ ਬਣ ਕੇ ਨਹੀਂ ਰਹਿੰਦੀ ਹੈਗੀ ਉਹ ਉਦੋਂ ਤੱਕ ਹੀ ਮਿੱਤਰ ਬਣੀ ਰਹਿੰਦੀ ਹੈ ਜਦੋਂ ਤੱਕ ਉਸਦੇ ਸਿਆਸੀ ਹਿੱਤ ਹੁੰਦੇ ਨੇ ਇਹਦੇ ਵਿਚ ਆਪਾਂ ਦੇਖਿਆ ਹੀ ਹੈ ਬਹੁਤ ਸਾਰੀ ਸਿਆਸੀ ਪਾਰਟੀਆਂ ਨੇ ਉਨ੍ਹਾਂ ਦੇ ਸਹਾਰੇ ਉਹ ਸੱਤਾ ਦੇ ਵਿਚ ਆਈ ਹੈ ਜਿਵੇਂ ਕਿ ਆਪਾਂ ਉੱਤਰ ਪ੍ਰਦੇਸ਼ ਦੀ ਗੱਲ ਕਰਦੇ ਹਾਂ ਉਥੇ ਬਹੁਜਨ ਸਮਾਜ ਪਾਰਟੀ ਦੇ ਨਾਲ ਰਲ ਕੇ ਜਿਹੜੀ ਭਾਰਤੀ ਜਨਤਾ ਪਾਰਟੀ ਸੱਤਾ ਦੇ ਵਿਚ ਰਹੀ ਤੇ ਜਦੋਂ ਉਸ ਨੂੰ ਅਜਿਹਾ ਲੱਗਿਆ ਕਿ ਹੁਣ ਉਹ ਸੱਤਾ ਦੇ ਵਿਚ ਆ ਸਕਦੀ ਹੈ ਤਾਂ ਬਹੁਜਨ ਸਮਾਜ ਪਾਰਟੀ ਨੂੰ ਉਸਨੇ ਅਲੱਗ ਕਰ ਦਿੱਤਾ ਅੱਜ ਹਾਲਾਤ ਇਹ ਨੇ ਕਿ ਬਹੁਜਨ ਸਮਾਜ ਪਾਰਟੀ ਨੂੰ ਤਾਂ ਭਾਰਤੀ ਜਨਤਾ ਪਾਰਟੀ ਦੀ ਲੋੜ ਹੈ ਪਰ ਭਾਰਤੀ ਜਨਤਾ ਪਾਰਟੀ ਨੂੰ ਬਹੁਜਨ ਸਮਾਜ ਪਾਰਟੀ ਦੀ ਲੋੜ ਨਹੀਂ ਹੈ ਤੇ ਬਿਹਾਰ ਦੇ ਵਿਚ ਵੀ ਇਹੀ ਕੁਛ ਹੋਇਆ ਤੇ ਨਿਤੀਸ਼ ਕੁਮਾਰ ਕਿਤੇ ਵੱਡੇ ਭਰਾ ਦੀ ਭੂਮਿਕਾ ਨਿਭਾਉਂਦਾ ਸੀਗਾ ਹੁਣ ਉਹ ਛੋਟੇ ਭਰਾ ਦੀ ਉਹਦੇ ਵਿਚ ਭੂਮਿਕਾ ਦੇ ਵਿਚ ਆ ਚੁੱਕਾ ਤੇ ਆਉਣ ਵਾਲੇ ਸਮੇਂ ਦੇ ਵਿਚ ਜਦੋਂ 2025 ਦੇ ਵਿਚ ਚੋਣਾਂ ਹੋਣਗੀਆਂ ਤਾਂ ਲੱਗਦਾ ਇਹੀ ਹੈ ਕਿ ਜਿਹੜੇ ਭਾਰਤੀ ਜਨਤਾ ਪਾਰਟੀ ਆਪਣੇ ਤੌਰ ਤੇ ਵੀ ਉੱਥੇ ਸਰਕਾਰ ਬਣਾ ਸਕਦੀ ਹੈ ਤੇ ਉੱਥੇ ਵੀ ਇਹੀ ਲੱਗੂਗਾ ਕਿ ਨਿਤੀਸ਼ ਕੁਮਾਰ ਨੂੰ ਤਾਂ ਹੁਣ ਭਾਰਤੀ ਜਨਤਾ ਪਾਰਟੀ ਦੀ ਲੋੜ ਹੈ ਪਰ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਨੂੰ ਨਿਤੀਸ਼ ਕੁਮਾਰ ਦੀ ਬਿਲਕੁਲ ਲੋੜ ਨਹੀਂ ਰਹੂਗੀ ਤੇ ਚਿਰਾਗ ਪਾਸਵਾਨ ਹੁਣ ਬਹੁਤ ਜਿਹੜੀ ਉਹਦਾ ਸਿਆਸੀ ਆਧਾਰ ਸੁੰਗੜ ਚੁੱਕਾ ਤੇ ਉਹਦੇ ਨਾ ਤਾਂ ਵਿਧਾਇਕ ਨੇ ਤੇ ਇਸ ਦੇ ਨਾਲ ਨਾਲ ਲੱਗਦਾ ਇਹੀ ਹੈ ਕਿ ਉਹ ਕੌਮੀ ਜਮਹੂਰੀ ਗਠਜੋੜ ਦਾ ਹੁਣ ਹਿੱਸਾ ਬਣ ਕੇ ਨਹੀਂ ਰਹਿ ਸਕਦਾ ਤੇ ਜੋ ਕੁਛ ਵੀ ਹੁਣ ਤੱਕ ਉਹਦੇ ਕੋਲ ਸੀ ਉਹ ਆਪਣੇ ਪਿਤਾ ਦੇ ਸਿਰ ਦੇ ਉੱਤੇ ਹੀ ਬਣਿਆ ਸੀਗਾ ਤੇ ਹੁਣ ਉਸ ਨੂੰ ਹੋਰ ਜ਼ਿਆਦਾ ਮਿਹਨਤ ਕਰਨੀ ਪਊਗੀ ਤੇ ਉਸ ਮਿਹਨਤ ਦੇ ਸਹਾਰੇ ਹੀ ਆਉਣ ਵਾਲੇ ਸਮੇਂ ਦੇ ਵਿਚ ਉਸਦਾ ਕੋਈ ਸਿਆਸੀ ਭਵਿੱਖ ਹੋ ਸਕਦਾ ਹੁਣ ਹਾਲ ਦੀ ਘੜੀ ਜੋ ਕੁਛ ਘਟਨਾਕ੍ਰਮ ਵਾਪਰਿਆ ਉਹਦੇ ਵਿਚ ਚਿਰਾਗ ਪਾਸਵਾਨ ਦੇ ਕੋਲ ਸਿਰਫ ਮੰਥਨ ਕਰਨ ਤੋਂ ਸਿਵਾਏ ਕੋਈ ਕੁਛ ਨਹੀਂ ਬਚਿਆ ਹੈਗਾ ਤੇ ਇਸ ਗੱਲ ਕਰਕੇ ਜਿਵੇਂ ਤੁਸੀਂ ਇਹ ਗੱਲ ਕਹੀ ਹੈ ਕਿ ਵੱਡੇ ਵੱਡੇ ਜਿਹੜੇ ਬੰਗਲੇ ਉਹ ਵੀ ਛੱਡਣੇ ਪੈਣੇ ਉਹ ਤਾਂ ਛੱਡਣੇ ਪੈਣੇ ਹੀ ਹੈ ਤੇ ਉਨ੍ਹਾਂ ਨੂੰ ਆਪਣੇ ਜਿਹੜੇ ਨਿਵਾਸ ਸਥਾਨ ਤੇ ਜਾ ਕੇ ਹੁਣ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਪੈਣੀ ਹੈ ਜੀ
ਇਹ ਵੀ ਗੱਲ ਹੈ ਕਿ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਪੈਣੀ ਹੈ। ਤੇ ਤੁਸੀਂ ਪੰਜਾਬ ਤੇ ਹਰਿਆਣੇ ਦੇ ਵਿਚੋਂ ਜਿਹੜੀ ਪਰਾਲੀ ਦਾ ਧੂੰਆਂ ਗਾ ਇਹ ਰੋਕਦੇ ਕਿਉਂ ਨੀ? ਕਹਿੰਦੇ ਸਾਰਾ ਦਿੱਲੀ ਦੇ ਵਿਚ ਜਾ ਕੇ ਜ਼ਹਿਰ ਘੋਲ ਰਿਹਾ। ਗੋਪਾਲ ਰਾਏ ਆ ਉੱਥੇ ਇੱਕ, ਉਹਨੇ ਹੋਰ ਜ਼ਹਿਰ ਘੋਲਤੀ। ਦੇਖੋ ਜਿਹੜੀ ਖਾਸ ਤੌਰ ਤੇ ਇੱਕ ਵਾਰ ਫੇਰ ਸਾਨੂੰ ਇਹ ਗੱਲ ਕਹਿਣੀ ਪੈਂਦੀ ਹੈ ਕਿ ਹੁਣ ਤੱਕ ਜਿੰਨੇ ਵੀ ਪੋਲੂਸ਼ਨ ਦੇ ਸਬੰਧ ਦੇ ਵਿਚ ਮਾਹਰ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਦਿੱਲੀ ਦੇ ਵਿਚ ਜਿਹੜਾ ਪੋਲੂਸ਼ਨ ਹੁੰਦਾ ਹੈ, ਪ੍ਰਦੂਸ਼ਣ ਹੁੰਦਾ ਹੈ, ਉਸ ਦੇ ਵਿਚ ਪਰਾਲੀ ਇਕ ਸੀਜ਼ਨਲ, ਜਦੋਂ ਵੀ ਆਪਾਂ ਕਹਿ ਸਕਦੇ ਹਾਂ ਜਦੋਂ ਝੋਨਾ ਵੱਢਿਆ ਜਾਂਦਾ, ਝੋਨਾ ਵੱਢਣ ਤੋਂ ਬਾਅਦ ਹੀ ਜਿਹੜੀ ਪਰਾਲੀ ਦਾ ਧੂੰਆਂ ਉਹ ਉਥੇ ਪਾਉਂਦਾ ਤੇ ਉਸਦੀ ਜਿਹੜਾ ਹੈਗਾ ਹਿੱਸਾ ਵੀ ਸਿਰਫ 35% ਰਹਿੰਦਾ। ਤੇ ਉਸ ਤੋਂ ਬਾਅਦ ਜਿਹੜਾ 65% ਧੂੰਆਂ ਦਿੱਲੀ ਦੇ ਵਿਚ ਆਉਂਦਾ ਉਹ ਕਿੱਥੋਂ ਆਉਂਦਾ? ਉਸ ਸੰਬੰਧ ਵਿਚ ਕਦੇ ਵੀ ਉਥੇ ਦੇ ਮੰਤਰੀਆਂ ਨੇ, ਖਾਸ ਤੌਰ ਤੇ ਆਮ ਆਦਮੀ ਪਾਰਟੀ ਨੇ ਗੱਲ ਨਹੀਂ ਕੀਤੀ ਹੈ। ਤੇ ਠੀਕ ਹੈ ਕਿ ਉਨ੍ਹਾਂ ਨੂੰ ਵੱਲੋਂ ਪ੍ਰਦੂਸ਼ਣ ਰੋਕਣ ਵਾਸਤੇ ਬਹੁਤ ਸਾਰੇ ਯਤਨ ਵੀ ਕੀਤੇ ਜਾਂਦੇ ਰਹੇ ਨੇ, ਪਰ ਇਨ੍ਹਾਂ ਯਤਨਾਂ ਦੇ ਬਾਵਜੂਦ ਵੀ ਉਥੇ ਦਿੱਲੀ ਦੇ ਵਿਚ ਪ੍ਰਦੂਸ਼ਣ ਬਰਕਰਾਰ ਰਹਿੰਦਾ ਹੈ। ਤੇ ਹੁਣ ਠੀਕ ਹੈ, ਆ 1-2 ਮਹੀਨੇ ਹੁੰਦੇ ਆ ਪ੍ਰਦੂਸ਼ਣ ਦੇ ਜ਼ਿਆਦਾ ਹੋ ਜਾਂਦੇ ਨੇ, ਜਦੋਂ ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਜਦੋਂ ਪੂਰੇ ਸਾਲ ਦੇ ਵਿਚ ਦਿੱਲੀ ਦੇ ਵਿਚ ਪ੍ਰਦੂਸ਼ਣ ਹੁੰਦਾ ਹੈ, ਪ੍ਰਦੂਸ਼ਣ ਹੁੰਦਾ ਹੈ, ਤਾਂ ਉਸ ਦਾ ਜਿੰਮੇਵਾਰ ਕੌਣ ਹੈ? ਠੀਕ ਹੈ, ਇਸ ਸੰਬੰਧ ਵਿਚ ਪੰਜਾਬ ਸਰਕਾਰ ਵੀ ਕੰਮ ਕਰ ਰਹੀ ਹੈ, ਹਰਿਆਣਾ ਸਰਕਾਰ ਵੀ ਕੰਮ ਕਰ ਰਹੀ ਹੈ, ਹੋਰ ਸਰਕਾਰਾਂ ਵੀ ਕੰਮ ਕਰ ਰਹੀ ਹੈ, ਸਾਡੇ ਖੇਤੀ ਵਿਗਿਆਨੀ ਵੀ ਇਸ ਸੰਬੰਧ ਵਿਚ ਕੰਮ ਕਰ ਰਹੇ ਨੇ, ਤੇ ਇਸ ਤੋਂ ਇਲਾਵਾ ਕੁਛ ਇਸ ਤਰੀਕੇ ਦੇ ਯਤਨ ਵੀ ਕੀਤੇ ਜਾ ਰਹੇ ਨੇ ਕਿ ਪਰਾਲੀ ਨਾ ਫੂਕੀ ਜਾਵੇ ਤੇ ਉਸ ਪਰਾਲੀ ਦਾ ਕੋਈ ਹੋਰ ਹੀਲਾ ਕੱਢਿਆ ਜਾਵੇ, ਉਸ ਦੀ ਖਾਦ ਬਣਾ ਲਈ ਜਾਵੇ ਜਾਂ ਕੁਛ ਉਸ ਪਰਾਲੀ ਨੂੰ ਕੱਟ ਕੇ ਜਿਹੜਾ ਹੈਗਾ ਬਿਜਲੀ ਪੈਦਾ ਵੀ ਕੀਤੀ ਜਾ ਸਕਦੀ ਹੈ। ਪਰ ਇਹਦੇ ਨਾਲ ਨਾਲ ਇਹ ਸਵਾਲ ਆਮ ਆਦਮੀ ਪਾਰਟੀ ਨੂੰ ਵੀ ਹੈ ਕਿ ਉਨ੍ਹਾਂ ਦੀ ਸਰਕਾਰ ਜਿਹੜੀ ਦਿੱਲੀ ਦੇ ਵਿਚ ਬੈਠੀ ਹੈ ਉਹ ਲਗਾਤਾਰ ਪੰਜਾਬ ਦੇ ਉੱਤੇ ਇਹ ਦੋਸ਼ ਲਾਉਂਦੀ ਹੈ ਕਿ ਪੰਜਾਬ ਦੇ ਕਿਸਾਨ ਜਦੋਂ ਉਸ ਪਰਾਲੀ ਨੂੰ ਫੂਕਦੇ ਨੇ ਤਾਂ ਦਿੱਲੀ ਦੇ ਵਿਚ ਪੋਲਿਊਸ਼ਨ ਹੁੰਦਾ ਹੈ, ਤੇ ਉਨ੍ਹਾਂ ਨੂੰ ਦਿੱਲੀ ਨੂੰ ਵੀ ਸਵਾਲ ਕਰਨਾ ਚਾਹੀਦਾ ਤੇ ਪੰਜਾਬ ਦੇ ਲੋਕਾਂ ਨੂੰ, ਜਿਹੜੇ ਆਮ ਆਦਮੀ ਪਾਰਟੀ ਪੰਜਾਬ ਦੇ ਲੀਡਰ ਨੇ ਉਨ੍ਹਾਂ ਨੂੰ ਸਵਾਲ ਕਰਨਾ ਚਾਹੀਦਾ ਕਿ ਉਨ੍ਹਾਂ ਦੀ ਪਾਰਟੀ ਕਿਸਾਨਾਂ ਨੂੰ ਬਦਨਾਮ ਕਰਦੀ ਹੈ ਤੇ ਉਨ੍ਹਾਂ ਨੂੰ ਇਹ ਆਪਣੇ ਸ਼ਬਦ ਵਾਪਸ ਲੈਣੇ ਚਾਹੀਦੇ ਹੈ ਕਿ ਇਸ ਜਿਹੜਾ ਧੂੰਆਂ ਸਿਰਫ ਤੇ ਸਿਰਫ ਪੰਜਾਬ ਦਾ ਨਹੀਂ ਹੁੰਦਾ ਹੈਗਾ, ਉਥੇ ਦਾ ਆਪਣਾ ਦਿੱਲੀ ਦਾ ਧੂੰਆਂ ਹੋਈ ਹੈ ਜਿਹਦੇ ਵਿਚ ਕਾਰਖਾਨਿਆਂ ਦਾ ਧੂੰਆਂ, ਗੱਡੀਆਂ ਦਾ ਧੂੰਆਂ, ਬੜਾ ਜਿਹੜਾ ਹੈਗਾ ਧੂੰਆਂ ਉਥੇ ਆਉਂਦਾ ਰਹਿੰਦਾ ਜਿਸ ਦੇ ਕਾਰਨ ਉਥੇ ਪ੍ਰਦੂਸ਼ਣ ਜ਼ਿਆਦਾ ਫੈਲਦਾ ਹੈ। ਜੀ ਗੱਲ ਤਾਂ ਇਹੀ ਹੈ ਜੀ, ਪਰ ਇਹਨੂੰ ਮੰਨਣ ਨੂੰ ਕੋਈ ਤਿਆਰ ਨਹੀਂ। ਜਿਹੜੇ ਇਥੋਂ ਵਾਲੇ ਆ ਉਹਨਾਂ ਨੂੰ ਆਇਆ ਕਿ ਦੇਖੀ ਕਿਤੇ ਮੰਤਰੀ ਮੁੰਤਰੀ ਬਣਦੇ ਰਹੇ ਜੀ, ਉਹ ਵੀ ਖੁੱਲ ਕੇ ਨਹੀਂ ਬੋਲਦੇ। ਇਹ ਵੀ ਡਰ ਲੱਗਿਆ ਰਹਿੰਦਾ ਵੀ ਜੇਕਰ ਉਹ ਉੱਥੇ ਦੀ ਆਪਣੀ ਹਾਈਕਮਾਂਡ ਦੇ ਖਿਲਾਫ਼ ਬੋਲਦੇ ਆ ਤਾਂ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿਚ ਉਹਨਾਂ ਨੂੰ ਕਿਸ਼ਤੀ ਨਾ ਮਿਲੇ। ਜੀ ਅਗਲੀ ਗੱਲ ਦੀ ਤਾਂ ਕੋਈ ਉਹ ਨਹੀਂ ਚਿੰਤਾ ਜੀ। ਤੇ ਯੂਪੀ ਦੇ ਵਿਚ ਹੁਣ ਕਹਿੰਦੇ ਲਵ ਜਹਾਜ਼ ਦੇ ਮਾਮਲੇ ਦੇ ਵਿਚ 10 ਸਾਲ ਦੀ ਕੈਦ ਹੋ ਜੂ, ਮਤਲਬ ਵਿਆਹ ਨਹੀਂ ਕਰਾ ਸਕਦੇ ਤੁਸੀਂ, ਇਹੀ ਹੈ ਲਵ ਜਹਾਜ਼ ਦਾ ਮਤਲਬ? ਦੇਖੋ ਲਵ ਜਹਾਜ਼ ਦੇ ਮਾਮਲੇ ਦੇ ਵਿਚ ਜਿੰਨੀਆਂ ਵੀ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੇ ਉਨ੍ਹਾਂ ਵੱਲੋਂ ਕਾਨੂੰਨ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ, ਕਰਨਾਟਕ, ਹਰਿਆਣਾ, ਹਿਮਾਚਲ ਪ੍ਰਦੇਸ਼, ਇਹ ਸਾਰੇ ਸੂਬੇ ਨੇ ਜਿੱਥੇ ਜਾਂ ਤਾਂ ਭਾਜਪਾ ਦੀ ਰਲੀ ਮਿਲੀ ਸਰਕਾਰ ਹੈ ਜਾਂ ਭਾਜਪਾ ਦੀ ਆਪਣੀ ਸਰਕਾਰ ਹੈ, ਉਨ੍ਹਾਂ ਵੱਲੋਂ ਲਵ ਜਹਾਜ਼ ਦੇ ਖਿਲਾਫ਼ ਜਿਹੜੀ ਇਕ ਮੁਹਿੰਮ ਛੇੜੀ ਜਾ ਰਹੀ ਹੈ ਤੇ ਸਰਕਾਰੀ ਤੌਰ ਤੇ ਵੀ ਕਾਨੂੰਨ ਬਣਾਏ ਜਾ ਰਹੇ ਨੇ।
ਪਿਛਲੇ ਦਿਨੀ ਅਸੀਂ ਮੱਧ ਪ੍ਰਦੇਸ਼ ਦੀ ਵੀ ਗੱਲ ਕਰੀ ਸੀ, ਉਹਦੇ ਵਿਚ ਵੀ ਜਿਹੜਾ ਹੈਗਾ ਲਵ ਜਿਹਾਦ ਦੇ ਖਿਲਾਫ਼ ਜਿਹੜੇ ਹੈਗੇ ਆ ਇਹ ਕਾਨੂੰਨ ਬਣਾਇਆ ਜਾ ਰਿਹਾ। ਤੇ ਸਿੱਧੂ ਸਾਹਿਬ, ਇਕ ਸੱਚੀ ਗੱਲ ਤਾਂ ਇਹ ਹੈ ਕਿ ਲਵ ਜਿਹਾਦ ਕੋਈ ਵੀ ਕਾਨੂੰਨੀ ਸ਼ਬਦ ਹੈ ਨੀਗਾ। ਇਸ ਸੰਬੰਧ ਵਿਚ ਭਾਰਤੀ ਜਨਤਾ ਪਾਰਟੀ ਦੇ ਲੀਡਰ ਸੰਸਦ ਦੇ ਵਿਚ ਵੀ ਕਹਿ ਸਕੇ ਨੇ ਕਿ ਲਵ ਜਿਹਾਦ ਕੋਈ ਵੀ ਜਿਹੜਾ ਹੈਗਾ ਕਾਨੂੰਨੀ ਸ਼ਬਦ ਨਹੀਂ ਹੈ। ਲਵ ਮੈਨੇ ਪਿਆਰ ਤੇ ਜਿਹਾਦ ਮੈਨੇ ਯੁੱਧ ਹੁੰਦਾ ਹੈ, ਤੇ ਇਸ ਦਾ ਕੋਈ ਆਪਸ ਵਿਚ ਮੇਲ ਨਹੀਂ ਹੈਗਾ। ਖੈਰ ਇਹ ਹੈ ਕਿ ਇਸ ਸੰਬੰਧ ਵਿਚ ਉੱਤਰ ਪ੍ਰਦੇਸ਼ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਤਾ, ਤੇ ਨੋਟੀਫਿਕੇਸ਼ਨ ਦੇ ਵਿਚ ਇਹ ਗੱਲ ਕੀਤੀ ਗਈ ਹੈ ਕਿ ਜਿਹੜਾ ਵਿਅਕਤੀ ਕੋਈ ਗੁਮਰਾਹ ਕਰਕੇ, ਝੂਠ ਬੋਲ ਕੇ, ਲਾਲਚ ਦੇ ਕੇ, ਜਬਰੀ ਜਾਂ ਵਿਆਹ ਦੇ ਜ਼ਰੀਏ ਕਿਸੇ ਲੜਕੀ ਦਾ ਧਰਮ ਬੁਲਾਉਂਦਾ ਤਾਂ ਉਸ ਨੂੰ ਘੱਟੋ ਘੱਟ ਜਿਹੜੀ ਹੈਗੀ ਹੈ 1 ਤੋਂ 5 ਸਾਲ ਦੀ ਕੈਦ ਹੋ ਸਕਦੀ ਹੈ ਤੇ 15,000 ਦਾ ਜੁਰਮਾਨਾ ਵੀ ਹੋਊਗਾ। ਤੇ ਇਹਦੇ ਨਾਲ ਨਾਲ ਖਾਸ ਤੌਰ ਤੇ ਜਿਹੜੇ ਦਲਿਤ ਵਰਗ ਹੈ ਉੱਤਰ ਪ੍ਰਦੇਸ਼ ਦੇ ਵਿਚ, ਉਹ ਗਰੀਬ ਨੇ, ਉਨ੍ਹਾਂ ਨੂੰ ਕਈ ਲੋਕ ਗੁਮਰਾਹ ਵੀ ਕਰ ਲੈਂਦੇ, ਪੈਸੇ ਦਾ ਲਾਲਚ ਵੀ ਦੇ ਦਿੰਦੇ, ਉਨ੍ਹਾਂ ਦੇ ਧਰਮ ਨੂੰ ਤਬਦੀਲ ਕਰ ਵੀ ਲੈਂਦੇ ਨੇ। ਤੇ ਇਸ ਸੰਬੰਧ ਵਿਚ ਵੀ ਉਨ੍ਹਾਂ ਨੇ ਕਿਹਾ ਕਿ ਜਿਹੜੇ SC ਤੇ SC ਕੈਟਾਗਰੀ ਦੇ ਲੋਕ ਨੇ, ਜੇਕਰ ਉਨ੍ਹਾਂ ਦਾ ਜਬਰੀ ਧਰਮ ਪਰਿਵਰਤਨ ਕਰਵਾਇਆ ਜਾਂਦਾ ਹੈ ਤਾਂ ਉਹ ਜਿਹੜਾ ਧਰਮ ਪਰਿਵਰਤਨ ਕਰਵਾਊਗਾ ਉਸ ਨੂੰ 3 ਤੋਂ 10 ਸਾਲ ਦੀ ਕੈਦ ਵੀ ਹੋ ਸਕਦੀ ਹੈ ਤੇ 25,000 ਰੁਪਏ ਦਾ ਜੁਰਮਾਨਾ ਵੀ ਹੋ ਜਾਂਦਾ। ਤੇ ਇਹਦੇ ਨਾਲ ਨਾਲ ਇਹ ਵੀ ਗੱਲ ਕਹੀ ਗਈ ਹੈ ਕਿ ਜੇਕਰ ਸਮੂਹਿਕ ਧਰਮ ਪਰਿਵਰਤਨ ਹੁੰਦਾ ਤਾਂ ਉਸ ਦੇ ਨਾਲ ਵੀ ਜਿਹੜਾ ਧਰਮ ਪਰਿਵਰਤਨ ਕਰਾਊਗਾ ਉਸ ਨੂੰ 3 ਤੋਂ 10 ਸਾਲ ਦੀ ਕੈਦ ਹੋ ਸਕਦੀ ਹੈ ਤੇ 50,000 ਰੁਪਇਆ ਜੁਰਮਾਨਾ ਵੀ ਹੋ ਸਕਦਾ। ਤੇ ਇਸ ਸੰਬੰਧ ਵਿਚ ਤੁਹਾਨੂੰ ਯਾਦ ਹੋਊਗਾ ਕਿ ਹਾਥਰਸ ਦੇ ਵਿਚ ਜਿਹੜਾ ਬਲਾਤਕਾਰ ਕਾਂਡ ਹੋਇਆ, ਬਲਾਤਕਾਰ ਕਾਂਡ ਤੋਂ ਬਾਅਦ ਜਿਹੜੇ ਦਲਿਤ ਵਰਗ ਦੇ ਲੋਕ ਨੇ ਉਨ੍ਹਾਂ ਨੂੰ ਅਜਿਹਾ ਲੱਗਿਆ ਕਿ ਜਿਹੜਾ ਹਿੰਦੂ ਧਰਮ ਦੇ ਖਾਸ ਤੌਰ ਤੇ ਲੋਕ ਨੇ ਉਨ੍ਹਾਂ ਦੇ ਨਾਲ ਨਾ ਇਨਸਾਫ਼ੀ ਕਰਦੇ ਆ ਤਾਂ ਉਨ੍ਹਾਂ ਨੇ ਸਮੂਹਿਕ ਤੌਰ ਤੇ ਬੁੱਧ ਧਰਮ ਅਪਣਾਇਆ ਪਿਛਲੇ ਦਿਨੀ। ਤੇ ਹੋਰ ਵੀ ਜਿੱਥੇ ਜਿੱਥੇ ਵੀ ਕਿਤੇ ਦਲਿਤ ਭਾਈਚਾਰੇ ਦੇ ਨਾਲ ਨਾ ਇਨਸਾਫ਼ੀ ਹੁੰਦੀ ਆ ਉਹ ਆਪਣਾ ਧਰਮ ਤਬਦੀਲ ਕਰ ਲੈਂਦੇ ਆ। ਤੇ ਦੂਜੀ ਗੱਲ ਇਹ ਹੈ ਕਿ ਇਸ ਦੇ ਨਾਲ ਨਾਲ ਇਹ ਵੀ ਇਕ ਵਿਵਸਥਾ ਕੀਤੀ ਗਈ ਹੈ ਕਿ ਜਿਹੜੇ ਵਿਅਕਤੀ ਨੇ ਆਪਣਾ ਧਰਮ ਤਬਦੀਲ ਕਰਨਾ ਹੈ ਤਾਂ ਉਸ ਨੂੰ ਡਿਸਟ੍ਰਿਕਟ ਮੈਜਿਸਟ੍ਰੇਟ ਦੇ ਕੋਲ 2 ਮਹੀਨੇ ਪਹਿਲਾਂ ਅਰਜ਼ੀ ਦੇਣੀ ਪਊਗੀ, ਉਸ ਮਨਜ਼ੂਰੀ ਤੋਂ ਬਾਅਦ ਉਹ ਆਪਣਾ ਧਰਮ ਤਬਦੀਲ ਕਰ ਸਕਦਾ। ਇਸੇ ਤਰੀਕੇ ਦੇ ਨਾਲ ਮੱਧ ਪ੍ਰਦੇਸ਼ ਦੇ ਵਿਚ ਵੀ ਹੋਇਆ ਸੀਗਾ ਤੇ ਇਹ ਕਾਨੂੰਨ ਪਹਿਲਾਂ ਵੀ ਬਣੇ ਹੋਏ ਨੇ ਪਰ ਹੁਣ ਜਿਹੜਾ ਇਹ ਸਖ਼ਤੀ ਦੇ ਨਾਲ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਾਕੀ ਇਹ ਹੈ ਕਿ ਜਿਹੜਾ ਹੈਗਾ ਖਾਸ ਤੌਰ ਤੇ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਜਦੋਂ ਤੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਹੈ ਜਾਂ ਇਹ ਕਹਿ ਸਕਦੇ ਹਾਂ ਕਿ ਹਿੰਦੂਵਾਦੀ ਜਿਹੜੀਆਂ ਆਪਣਾ ਜਥੇਬੰਦੀਆਂ ਨੇ ਸਰਗਰਮ ਹੋਈਆਂ ਨੇ ਉਹ ਉਨ੍ਹਾਂ ਨੇ ਲਵ ਜਿਹਾਦ ਦੇ ਖਿਲਾਫ਼ ਇਕ ਮੁਹਿੰਮ ਛੇੜੀ ਹੋਈ ਹੈ। ਪਰ ਇਹਦੇ ਨਾਲ ਨਾਲ ਇਹ ਵੀ ਹੈ ਕਿ ਸਿਰਫ ਤੇ ਸਿਰਫ ਇਕ ਧਰਮ ਦੇ ਨਾਲ ਅਜਿਹਾ ਨਹੀਂ ਹੋਣਾ ਚਾਹੀਦਾ ਤੇ ਉਨ੍ਹਾਂ ਨਾਲ ਵੀ ਜੇਕਰ ਕੋਈ ਮੁਸਲਿਮ ਲੜਕੀ ਹਿੰਦੂ ਲੜਕੇ ਨਾਲ ਵਿਆਹ ਕਰਾਉਂਦੀ ਹੈ ਤਾਂ ਉਸ ਨੂੰ ਲਵ ਮੈਰਿਜ ਨਹੀਂ ਕਹਿਣੀ ਚਾਹੀਦਾ, ਉਹ ਵੀ ਫਿਰ ਲਵ ਜਿਹਾਦ ਹੈ ਤੇ ਉਨ੍ਹਾਂ ਦੇ ਖਿਲਾਫ਼ ਵੀ ਉਸੇ ਤਰੀਕੇ ਨਾਲ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਤਰੀਕੇ ਦੇ ਨਾਲ ਹਿੰਦੂ ਲੜਕੀ ਜੇਕਰ ਮੁਸਲਿਮ ਲੜਕੇ ਦੇ ਨਾਲ ਵਿਆਹ ਕਰਾਉਂਦੀ ਹੈ ਜਾਂ ਕਿਸੇ ਹੋਰ ਧਰਮ ਦੇ ਲੜਕੇ ਦੇ ਨਾਲ ਕਰਾਉਂਦੀ ਹੈ। ਜੀ, ਜਿਹੜਾ HIV ਪੋਜ਼ਿਟਿਵ ਖੂਨ ਚੜਾਉਣ ਦਾ ਮਾਮਲਾ ਸੀ ਇਹਦੇ ਚ ਹੁਣ ਸਿਹਤ ਮੰਤਰੀ ਦੇ ਹੁਕਮਾਂ ਦੇ ਉੱਤੇ 4 ਦੋਸ਼ੀ ਬਰਖਾਸਤ ਕਰਤੇ ਜੀ, ਇਹ ਆਪਣੇ ਆਪ ਦੇ ਵਿਚ ਬਹੁਤ ਗੰਭੀਰ ਮੁੱਦਾ ਹੈ
ਕਿਉਂਕਿ ਜਿਨ੍ਹਾਂ ਲੋਕਾਂ ਨੇ ਇਹ ਜੋ ਕੁਛ ਵੀ ਕੀਤਾ ਉਹਦੇ ਨਾਲ ਮਤਲਬ ਜਿਹੜੇ ਬੱਚੇ ਸੀਗੇ ਜਿਹੜੇ ਥਲਸੀਮੀਆ ਦੇ ਪਹਿਲੇ ਮਰੀਜ਼ ਨੇ ਉਹਨਾਂ ਦੀ ਤਾਂ ਪਹਿਲੇ ਹੀ ਆਪਾਂ ਇਹ ਸੁਣਦੇ ਆ ਰਹੇ ਹਾਂ ਕਿ ਜੀਵਨ ਯਾਤਰਾ ਬਹੁਤ ਛੋਟੀ ਹੁੰਦੀ ਹੈ ਤੇ ਕਿਉਂਕਿ ਉਹਨਾਂ ਦੇ ਹਰ ਮਹੀਨੇ ਖੂਨ ਬਦਲਿਆ ਜਾਂਦਾ ਤੇ ਹੌਲੀ ਹੌਲੀ ਉਹਨਾਂ ਦਾ ਜਿਹੜਾ ਇਮਿਊਨਿਟੀ ਵੀ ਓਨੀ ਨਹੀਂ ਰਹਿੰਦੀ ਹੈਗੀ ਜਿਹੜੀ ਕਿ ਬਿਮਾਰੀਆਂ ਨਾਲ ਲੜ ਸਕੇ। ਦੂਜੇ ਪਾਸੇ ਜੇਕਰ ਸਾਡੇ ਸਿਹਤ ਕਰਮਚਾਰੀ ਅਣਗਹਿਲੀਆਂ ਕਰਦੇ ਨੇ, ਅਣਗਹਿਲੀਆਂ ਕਰਕੇ ਐਚ ਆਈ ਵੀ ਪਾਜ਼ਿਟਿਵ ਖੂਨ ਉਹਨਾਂ ਨੂੰ ਚੜਾ ਦਿੰਦੇ ਨੇ ਤਾਂ ਇਹ ਇਕ ਬਹੁਤ ਵੱਡੀ ਆਪਾਂ ਕਹਿ ਸਕਦੇ ਜੁਰਮ ਹੈ ਤੇ ਇਸ ਸਬੰਧ ਵਿਚ ਕਾਫ਼ੀ ਚਰਚਾ ਵੀ ਛਿੜੀ ਤੇ ਬਹੁਤ ਸਾਰੇ ਮੀਡੀਆ ਦੇ ਵਿਚ ਵੀ ਗੱਲਾਂ ਆਈਆਂ ਤੇ ਇਸ ਸਬੰਧ ਵਿਚ ਜਿਹੜੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਾਲਾ ਨੇ ਆਪਾਂ ਆਪ ਵੀ ਨੋਟਿਸ ਲਿਆ ਤੇ ਜਿਹੜੇ ਦੋਸ਼ੀ ਨੇ ਉਨ੍ਹਾਂ ਦੇ ਖਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਤੇ ਹੁਣ ਜਿਹੜੇ 4 MLT ਉਨ੍ਹਾਂ ਨੂੰ ਨੌਕਰੀ ਦੇ ਵਿਚ ਬਰਖਾਸਤ ਕਰ ਦਿੱਤਾ ਗਿਆ। ਇਹ ਠੀਕ ਹੈ, ਉਨ੍ਹਾਂ ਨੂੰ ਬਰਖਾਸਤ ਤਾਂ ਕਰ ਦਿੱਤਾ ਗਿਆ ਪਰ ਨਾਲ ਨਾਲ ਉਨ੍ਹਾਂ ਉੱਚ ਅਧਿਕਾਰੀਆਂ ਦੇ ਖਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਸੀ ਕਿ ਜਿਨ੍ਹਾਂ ਦੀ ਦੇਖ ਰੇਖ ਦੇ ਵਿਚ ਇਹ ਸਾਰਾ ਕੁਝ ਹੁੰਦਾ ਤੇ ਜਿਹੜਾ ਬਠਿੰਡੇ ਦੇ ਵਿਚ ਖਾਸ ਤੌਰ ਤੇ ਕਈ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਤੇ ਉਨ੍ਹਾਂ ਡਾਕਟਰਾਂ ਖਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਨੂੰ ਇਸ ਦਾ ਇੰਚਾਰਜ ਬਣਾਇਆ ਗਿਆ ਕਿਉਂਕਿ ਉਹ ਇਸ ਦੀ ਖੁਦ ਵੀ ਦੇਖਭਾਲ ਨਹੀਂ ਕਰਦੇ ਤਾਂ ਹੀ ਅਜਿਹਾ ਕੁਝ ਹੋ ਰਿਹਾ ਜੀ। ਤੇ ਬੱਚਿਆਂ ਨੂੰ ਨਹਿਰ ਦੇ ਵਿਚ ਸੁੱਟ ਆਇਆ ਕਲਯੁਗੀ ਬਾਪ, ਦੇਖੋ ਇਹ ਵੀ ਇਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ। ਦੇਖੋ ਆਪਸ ਦੇ ਪਰਿਵਾਰਾਂ ਦੇ ਵਿਚ ਲੜਾਈਆਂ ਝਗੜੇ ਹੁੰਦੇ ਰਹਿੰਦੇ ਨੇ, ਖਹਿਬਾਜ਼ੀ ਵੀ ਹੁੰਦੀ ਹੈ ਪਰ ਇਹਦੇ ਨਾਲ ਨਾਲ ਇਹ ਵੀ ਜ਼ਰੂਰੀ ਹੁੰਦਾ ਹੈ ਕਿ ਜੇਕਰ ਸਾਡੀ ਲੜਾਈਆਂ ਵੀ ਹੁੰਦੀਆਂ ਨੇ ਤਾਂ ਸਾਨੂੰ ਗੁੱਸੇ ਦੇ ਉੱਤੇ ਕਾਬੂ ਪਾਇਆ ਜਾਣਾ ਚਾਹੀਦਾ। ਇਸ ਇਹ ਕਰਨਾਲ ਦੀ ਘਟਨਾ ਹੈ, ਕਰਨਾਲ ਦੇ ਵਿਚ ਦੱਸਿਆ ਜਾਂਦਾ ਹੈ ਕਿ ਜਿਹੜਾ ਘਰ ਦਾ ਮੁਖੀ ਸੀ ਉਹਦਾ ਆਪਣੀ ਪਤਨੀ ਦੇ ਨਾਲ ਤਕਰਾਰ ਹੋ ਗਿਆ। ਤਕਰਾਰ ਹੋਣ ਤੋਂ ਬਾਅਦ ਉਸਨੇ ਆਪਣੇ ਛੋਟੇ ਛੋਟੇ ਬੱਚੇ ਉਨ੍ਹਾਂ ਨੂੰ ਕਿਹਾ ਮੈਂ ਤੁਹਾਨੂੰ ਬਾਜ਼ਾਰ ਲੈ ਕੇ ਚਲਦਾ। ਬਾਜ਼ਾਰ ਜਦੋਂ ਲੈ ਕੇ ਗਿਆ ਤੇ ਬਾਅਦ ਵਿਚ ਉਸਨੇ ਨਹਿਰ ਤੇ ਜਾ ਕੇ ਉਨ੍ਹਾਂ ਤਿੰਨਾਂ ਬੱਚਿਆਂ ਨੂੰ ਧੱਕਾ ਦੇ ਦਿੱਤਾ, ਤਿੰਨੇ ਉਸ ਵਿਚ ਡੁੱਬ ਕੇ ਮਰ ਗਏ ਤੇ ਬਾਅਦ ਵਿਚ ਉਸਨੇ ਘਰ ਆ ਕੇ ਇਹ ਗੱਲ ਦੱਸ ਵੀ ਦਿੱਤੀ ਕਿ ਮੈਂ ਬੱਚਿਆਂ ਨੂੰ ਨਹਿਰ ਦੇ ਵਿਚ ਰੋੜ ਆਇਆ ਤੇ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਗੱਲ ਇਹ ਹੈ ਕਿ ਫਿਰ ਗੱਲ ਉਥੇ ਆ ਕੇ ਨਿਬੜਦੀ ਹੈ ਕਿ ਜਦ ਤੱਕ ਬੇਸ਼ੱਕ ਸਾਡੇ ਘਰਾਂ ਦੇ ਵਿਚ ਇਸ ਤਰੀਕੇ ਦੇ ਨਾਲ ਤਕਰਾਰ ਵੀ ਚਲਦੇ ਆ ਪਰ ਸਾਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ, ਗੁੱਸੇ ਦੇ ਉਤੇ ਕਾਬੂ ਪਾਇਆ ਜਾਣਾ ਚਾਹੀਦਾ। ਝਗੜਾ ਪਤੀ ਪਤਨੀ ਦਾ ਸੀਗਾ, ਇਹਦੇ ਵਿਚ ਬੱਚਿਆਂ ਦਾ ਕੀ ਕਸੂਰ ਸੀ ਜਿਨ੍ਹਾਂ ਨੂੰ ਨਹਿਰ ਦੇ ਵਿਚ ਸੁੱਟਿਆ ਗਿਆ? ਉਸ ਵਿਅਕਤੀ ਨੇ ਜਿਹਨੇ ਵੀ ਇਹ ਘਟਨਾ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਉਸਨੇ ਆਪਣਾ ਖੁਦ ਦਾ ਪਰਿਵਾਰ ਖੁਦ ਹੀ ਮਾਰ ਲਿਆ ਤੇ ਹੁਣ ਉਹ ਖੁਦ ਜੇਲ੍ਹ ਵਿਚ ਜਾਊਗਾ ਤੇ ਪਿੱਛੇ ਵਿਚਾਰੀ ਇਕ ਜਿਹੜੀ ਪਤਨੀ ਆ ਉਹ ਰਹਿ ਜੂਗੀ ਤੇ ਇਹ ਇਕ ਬਹੁਤ ਹੀ ਮੰਦਭਾਗੀ ਘਟਨਾ ਕਹੀ ਜਾ ਸਕਦੀ ਹੈ ਜੀ। ਆਸਾ ਰਾਮ ਨੂੰ ਮਿਲ ਗਈ ਜੀ ਜ਼ਮਾਨਤ? ਫਿਰ ਦੇਖੋ ਜੀ ਗੱਲ ਇਹ ਹੈ, ਵਿਚਾਰੇ ਆਸਾ ਰਾਮ ਜੀ ਤਕਰੀਬਨ 2013 ਤੋਂ ਜੇਲ੍ਹ ਦੇ ਵਿਚ ਨੇ ਜੀ। ਉਨ੍ਹਾਂ ਨੇ ਵੀ ਸਰੀਰਕ ਸ਼ੋਸ਼ਣ ਕਰਿਆ ਸੀ ਇਕ ਲੜਕੀ ਦਾ ਤੇ ਹੁਣ ਉਹ ਵਾਰੀ ਵਾਰੀ ਅਦਾਲਤ ਦਾ ਦਰਵਾਜ਼ਾ ਖੜਕਾਉਂਦੇ ਨੇ, ਆਪਣੇ ਬੜੇ ਤਰੀਕੇ ਦੇ ਨਾਲ ਵਾਹ ਵਾਸਤੇ ਦਿੰਦੇ ਨੇ। ਹੁਣ ਉਨ੍ਹਾਂ ਨੇ ਇਸ ਗੱਲ ਦਾ ਵਾਸਤਾ ਦਿੱਤਾ ਕਿ ਮੇਰੀ ਉਮਰ 80 ਸਾਲ ਹੋ ਚੁੱਕੀ ਹੈ, ਮੇਰੀ ਸਿਹਤ ਠੀਕ ਨਹੀਂ ਰਹਿੰਦੀ ਹੈਗੀ, ਕਿਰਪਾ ਕਰਕੇ ਮੈਨੂੰ ਜ਼ਮਾਨਤ ਦੇ ਦਿਓ। ਪਰ ਨੀਤ ਠੀਕ ਰੱਖਦਾ ਫਿਰ ਸਿਹਤ ਠੀਕ ਰੱਖਣ ਦੀ ਲੋੜ ਹੀ ਨਹੀਂ ਸੀ।
ਠੀਕ ਹੈ ਤੇ ਗੱਲ ਇਹ ਹੈ ਕਿ ਹੁਣ ਥੋੜੀ ਜੀ ਉਹਦੇ ਵਾਸਤੇ ਆਸਾਰਾਮ ਵਾਸਤੇ ਆਸ ਬੱਝੀ ਹੈ ਕਿ ਇਸ ਦੀ ਸੁਣਵਾਈ ਸ਼ੁਰੂ ਹੋ ਜਾਊਗੀ ਤੇ ਉਹ ਸੁਣਵਾਈ ਜੀ ਕਦੋਂ ਹੁੰਦੀ ਹੈ ਜਨਵਰੀ ਦੇ ਤੀਜੇ ਮਹੀਨੇ ਦੇ ਵਿੱਚ ਜਾ ਕੇ ਤੇ ਉਸ ਤੋਂ ਬਾਅਦ ਸਰਕਾਰ ਜਿਹੜੀ ਅਦਾਲਤ ਸੋਚੂਗੀ ਕਿ ਇਸ ਵਿਅਕਤੀ ਨੂੰ ਆਪਾਂ ਜ਼ਮਾਨਤ ਦੇਣੀ ਹੈ ਕਿ ਨਹੀਂ ਦੇਣੀ ਹੈਗੀ ਪਰ ਸਿਰਫ ਤੇ ਸਿਰਫ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਕ ਆਸ ਆਸਾਰਾਮ ਨੂੰ ਇੱਕ ਆਸ ਦੀ ਕਿਰਨ ਦਿਸੀ ਹੈ ਕਿ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਉਸ ਨੂੰ ਜ਼ਮਾਨਤ ਮਿਲ ਜਾਵੇ ਜੀ ਸ਼ਾਇਦ ਮਿਲ ਜਾਵੇ ਸੋ ਸ਼ਾਇਦ ਕੁਛ ਵੀ ਹੋ ਸਕਦਾ ਬਾਕੀ ਦੇਖਦੇ ਹਾਂ ਜੀ ਕਦੋਂ ਕੀ ਹੁੰਦਾ ਤੇ ਬਹੁਤ ਧੰਨਵਾਦ ਬਾਈ ਜੀ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਧੰਨਵਾਦ ਦਰਸ਼ਨ ਸਿੰਘ ਦਰਸ਼ਕ ਹੋਰਾਂ ਦਾ ਸਾਥ ਆਓ ਤੁਹਾਨੂੰ ਗੀਤ ਸੰਗੀਤ ਦੀ ਦੁਨੀਆਂ ਚ ਲੈ ਕੇ ਚੱਲੀਏ ਇੱਕ ਸੱਜਣ ਸਾਡਾ ਬੜੇ ਸੋਹਣੇ ਗੀਤ ਲਿਖਦਾ ਘੈਂਟ ਘੈਂਟ